ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤਾ ਕਰਾਰ। ਇੱਕ ਅਹਿਮ ਮੁੱਦੇ ਤੇ ਵਿਚਾਰ ਚਰਚਾ ਲਈ ਤੁਹਾਡੇ ਸਾਹਮਣੇ ਹਾਜ਼ਰ ਹਾਂ। ਰਾਹੁਲ ਗਾਂਧੀ ਵੱਲੋਂ ਅਮਰੀਕਾ ਦੇ ਵਿੱਚ ਦਿੱਤੇ ਗਏ ਬਿਆਨ ਤੇ ਬਵਾਲ ਠੰਡਾ ਪੈਂਦਾ ਨਜ਼ਰ ਨਹੀਂ ਆ ਰਿਹਾ। ਰਾਹੁਲ ਗਾਂਧੀ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ, ਅਕਸਰ ਹੀ ਰਾਹੁਲ ਗਾਂਧੀ ਤੇ ਇਲਜ਼ਾਮ ਵੀ ਲੱਗਦੇ ਰਹੇ ਨੇ ਕਿ ਘੱਟ ਗਿਣਤੀਆਂ ਦੇ ਪ੍ਰਤੀ ਸੁਹਿਰਦਤਾ ਦਿਖਾ ਕੇ ਉਹ ਦੇਸ਼ ਦੇ ਵਿੱਚ ਪਾੜਾ ਪੈਦਾ ਕਰਨਾ ਚਾਹੁੰਦੇ ਨੇ, ਘੱਟ ਗਿਣਤੀਆਂ ਦੇ ਪ੍ਰਤੀ ਫਿਕਰ ਦਿਖਾ ਕੇ ਉਹ ਦੇਸ਼ ਦੇ ਵਿੱਚ ਇਕਜੁੱਟਤਾ ਜਿਹੜੀ ਹੈਗੀ ਹੈ ਕੌਮਾਂ ਦੇ ਵਿੱਚ ਉਹਨਾਂ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਨੇ। ਇਹ ਅਕਸਰ ਹੀ ਐਲੀਗੇਸ਼ਨ ਉਹਨਾਂ 'ਤੇ ਲੱਗਦੇ ਰਹੇ। ਹੁਣ ਜਦੋਂ ਵਿਦੇਸ਼ੀ ਧਰਤੀ 'ਤੇ ਜਾਂਦੇ ਨੇ ਤਾਂ ਸਿੱਖਾਂ ਦੀ ਹੋਂਦ ਬਾਰੇ, ਸਿੱਖਾਂ ਦੇ ਵਰਤਾਰੇ ਬਾਰੇ, ਸਿੱਖਾਂ ਦੇ ਪਹਿਰਾਵੇ ਬਾਰੇ, ਆਈਡੈਂਟੀ ਬਾਰੇ ਜਦੋਂ ਕੁਝ ਬੋਲਦੇ ਨੇ ਤਾਂ ਬੀਜੇਪੀ ਉਹਨਾਂ ਨੂੰ ਘੇਰਦੀ ਹੈ। ਬੀਜੇਪੀ ਕਹਿੰਦੀ ਹੈ ਕਿ ਜੇ ਹਿੰਮਤ ਹੈਗੀ ਹੈ ਤਾਂ ਇਹੀ ਗੱਲ ਤੁਸੀਂ ਇਸ ਮੁਲਕ ਦੇ ਵਿੱਚ ਕਹਿ ਕੇ ਦਿਖਾਓ। ਬੀਜੇਪੀ ਦੇ ਕੁਝ ਬੁਲਾਰੇ ਨੇ ਜਿਹੜੇ ਉਹ ਇੱਥੇ ਤੱਕ ਪਹੁੰਚ ਜਾਂਦੇ ਨੇ, ਮੈਂਬਰ ਪਾਰਲੀਮੈਂਟ ਇੱਥੋਂ ਤੱਕ ਪਹੁੰਚ ਜਾਂਦੇ ਨੇ ਕਿ ਉਹ ਅਜਿਹੀਆਂ ਸਟੇਟਮੈਂਟਾਂ ਦੇ ਦਿੰਦੇ ਨੇ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਰੋਸ ਹੈ, ਉਹਨਾਂ ਦੇ ਖਿਲਾਫ਼ ਧਰਨੇ, ਪ੍ਰਦਰਸ਼ਨ, FIR ਤੱਕ ਦਰਜ ਕਰਾਏਗਾ। ਰਵਨੀਤ ਬਿੱਟੂ ਹੋਰਾਂ ਨੇ ਰਾਹੁਲ ਗਾਂਧੀ ਦੇ ਖਿਲਾਫ਼ ਅਜਿਹੀਆਂ ਸਟੇਟਮੈਂਟਸ ਦਿੱਤੀਆਂ ਜਿਸ ਤੋਂ ਬਾਅਦ ਕਾਂਗਰਸ ਦੇ ਜਿਹੜੀ ਉਹ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕਰਨ 'ਤੇ ਆ ਗਈ ਔਰ ਇੱਥੋਂ ਤੱਕ ਕਿ ਚਿੱਠੀ ਲਿਖਣੀ ਪੈ ਗਈ ਪ੍ਰਧਾਨ ਮੰਤਰੀ ਨੂੰ ਕਿ ਆਪਣੇ ਜਿਹੜੇ ਬੰਦੇ ਨੇ, ਤੁਹਾਡੇ ਜਿਹੜੇ ਮੰਤਰੀ ਨੇ, ਤੁਹਾਡੇ MLA ਨੇ, ਤੁਹਾਡੇ ਬੁਲਾਰ ਨੇ, ਉਹਨਾਂ ਨੂੰ ਕਹੋ ਕਿ ਜਿਹੜੀ ਜ਼ਬਾਨ ਹੈ ਉਹ ਕੰਟਰੋਲ 'ਚ ਰੱਖਣ। ਇਹ ਊਚ ਨੀਚ ਚੱਲਦੀ ਰਹਿੰਦੀ ਹੈ ਪਰ ਇੱਦਾਂ ਦੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਸਭ ਤੋਂ ਪਹਿਲਾਂ ਸ਼ੁਰੂਆਤ ਰਵਨੀਤ ਸਿੰਘ ਬਿੱਟੂ ਨੇ ਕੀ ਕੁਛ ਕਿਹਾ, ਡੇਟ ਵਾਈਜ਼ ਡੇਟ ਦਿਖਾਉਂਦੇ ਹਾਂ, ਉਸ ਤੋਂ ਬਾਅਦ ਚਰਚਾ ਸ਼ੁਰੂ ਕਰਦੇ ਹਾਂ। ਜੋ ਰਾਹੁਲ ਗਾਂਧੀ ਨੇ ਬਿਆਨ ਦਿਆ ਹੈ ਵਹੀ ਉਹ ਪਹਿਲੇ ਦੇਤੇ ਥੇ, ਅਬ ਉਹਨੇ ਸੈਪਰੇਟ ਗਰੁੱਪ ਹੈ ਜੋ ਸਭਸੇ ਜੋ ਮਾਹਰ ਹੈ ਬੰਬ ਬੰਦੂਕ ਗੋਲਾ ਬਰੂਦ ਬਣਾਉਣ ਵਾਲੋ ਨੇ, ਉਹਨੇ ਰਾਹੁਲ ਗਾਂਧੀ ਕੀ ਜੋ ਬਾਤ ਹੈ ਉਸੇ सराहा है और उनकी बात राहुल गांधी ने कही है। आप ये देख लीजिए, जो देश के दुश्मन जो बारूद गोली हर टाइम मारने की कोशिश करते हैं, उड़ाने की कोशिश करते हैं जहाजों को, ट्रेन को, रोड्स को, जब वो लोग राहुल गांधी की सपोर्ट में आ गए, आप अंदाजा लगा लीजिए राहुल गांधी खुद देश के नंबर वन टेररिस्ट, अगर किसी को मेरे ख्याल से किस पे इनाम होना चाहिए पकड़ने के लिए, जब देश का सबसे बड़ा दुश्मन जो जिसको लानना चाहिए एजेंसीज को, वो आज राहुल गांधी है। ਤੁਸੀਂ ਇਹ ਕਹੋ ਵੀ ਬੜਾ ਦਰਖਤ ਡਿੱਗਦਾ ਤੇ ਧਰਤੀ ਕੰਬਦੀ ਹੈ, ਚੁਣ ਚੁਣ ਤੁਸੀਂ ਸਿੱਖ ਮਰਵਾਏ, ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ, ਅੱਜ ਤਾਂ ਹੁਣ ਸਾਬਤ ਹੀ ਹੋ ਗਿਆ, ਹੁਣ ਤਾਂ ਸੱਜਣ ਕੁਮਾਰ ਪਹਿਲਾਂ ਫਸਿਆ, ਟਾਈਟਲਰ ਹੁਣ ਹੋ ਗਿਆ, ਹੁਣ ਤਾਂ ਕੋਰਟ ਨੇ ਵੀ ਕਰਤਾ। ਤੁਸੀਂ ਇਕੱਲੇ ਇਕੱਲੇ ਸਿੱਖ ਦੀ, ਤੁਸੀਂ ਕਹਿੰਦੇ ਪੱਗ ਨੂੰ ਖਤਰਾ, ਤੁਸੀਂ ਇਕੱਲੇ ਇਕੱਲੇ ਸਿੱਖ ਦੀ ਪੱਗ ਲਾਈ, ਇਕੱਲੇ ਇਕੱਲੇ ਸਿੱਖ ਨੂੰ ਮੈਂ ਕਹਿੰਦਾ ਉਹਦੇ ਟਾਇਰ ਪਾ ਕੇ ਗਲ 'ਚ, ਤੁਸੀਂ ਕਾਂਗਰਸੀਆਂ ਨੇ। ਉਦੋਂ ਬਾਅਦ ਪੰਜਾਬ 'ਚ ਜਿਹੜੀ ਮੇਰੇ ਚਾਹੇ ਦਾਦਾ ਜੀ ਨੂੰ ਵੀ ਆਪਣੀ ਸ਼ਹਾਦਤ ਦੇਣੀ ਪਈ, ਉਹ ਕਾਰਨ ਕੀ ਸੀ ਪੰਜਾਬ 'ਚ ਅੱਤਵਾਦ ਆਉਣਾ, ਚਾਹੇ ਸਾਡੇ ਅੱਤਵਾਦ ਟੈਰਰਿਸਟ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਮਰੇ, ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ, ਚਾਹੇ ਸਾਡੇ ਹਿੰਦੂ 35,000 ਭਰਾ ਮਰੇ, ਤੁਹਾਡੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ 'ਚ। ਮੇਰਾ ਵਿਰੋਧ ਜਿਤਨਾ ਮਰਜ਼ੀ ਕਰੋ, ਆਪ ਬਹੁਤ ਖੁਸ਼ੀ ਸੇ ਕਰੋ, ਅਗਰ ਆਪਕੀ ਕੋਈ ਬਾਤ ਬਣਤੀ ਹੈ ਇਸਸੇ, ਅਗਰ ਗਾਂਧੀ ਫੈਮਿਲੀ ਖੁਸ਼ ਹੋਤੀ ਹੈ ਆਪਸੇ, ਤੋ ਮੈਂ ਵੀ ਖੁਸ਼ ਹੋਊਂਗਾ। ਇਸ ਪੰਨੂ ਨੇ ਰਾਹੁਲ ਗਾਂਧੀ ਕੀ ਸਪੋਰਟ ਕੀ, ਮੈਂ ਦੋ ਦਿਨ ਪਰ ਵੇਟ ਕਰਤਾ ਰਹਾ ਵੀ ਕਹੀਂ ਕੋਈ ਕਾਂਗਰਸ ਔਰ ਕਾਂਗਰਸ ਕੇ ਖਾਸ ਤੌਰ ਪ੍ਰੈਜ਼ੀਡੈਂਟ ਇਸ ਬਾਤ ਕੋ, ਇਸ ਬਾਤ ਕਾ ਖੰਡਨ ਕਰੇਂਗੇ, ਇਸ ਬਾਤ ਕੋ ਜੋ ਪੰਨੂ ਨੇ ਰਾਹੁਲ ਗਾਂਧੀ ਜੀ ਕਾ ਨਾਮ ਲੈ ਕੇ ਉਸੇ ਸਪੋਰਟ ਦੀ ਹੈ, ਉਸ ਬਾਤ ਕੋ ਕਲੈਰਿਟੀ ਕਰੇਂਗੇ ਵੀ ਹਮ ਪੰਨੂ ਕੇ ਸਾਥ ਨਹੀਂ ਹੈ, ਜੋ ਪੰਨੂ ਨੇ ਇਹ ਕਹਾ ਹੈ ਰਾਹੁਲ ਗਾਂਧੀ ਜੀ ਕਾ ਨਾਮ ਲੈ ਕੇ ਉਸੇ ਉਸਕੇ ਹਮ ਸਾਥ ਨਹੀਂ ਹੈ। ਜਬ ਆਪਨੇ ਯੇ ਬਾਤ ਨਹੀਂ ਕਹੀ ਤੋ ਫਿਰ ਮੈਨੇ ਯੇ ਬਾਤ ਕਹੀ, ਇਹ ਸਪਸ਼ਟ ਹੋਤਾ ਹੈ ਖੜਗੇ ਸਾਹਿਬ ਔਰ ਆਪਕੀ ਕਾਂਗਰਸ ਪਾਰਟੀ ਔਰ ਕਾਂਗਰਸ ਕੇ ਹਰ ਲੀਡਰ ਜੋ ਆਜ ਬਾਤ ਕਰ ਰਹੇ ਹੈ, ਇਸਕਾ ਮਤਲਬ
दे आर सपोर्टिंग मिस्टर पन्नू, पन्नू के साथ खड़े हैं, ये स्पष्ट हो गया जब आपने नहीं बोला। अच्छा होता आप मेरे खिलाफ चिट्ठी लिखने के बजाय राहुल गांधी को, जो पन्नू ने सपोर्ट किया है, देश को तबाह करने ने सपोर्ट किया है, उसके बारे में आप खंडन करते, उसकी बात कहते। मुझे क्यों खेद होगा, मुझे खेद क्यों होगा ये बताइए ना। हम पंजाब ने, हमने तो यार अपनी पीढ़ियां खो दी, पंजाब आग में जला दिया इस गांधी फैमिली ने, और जिसमें मेरे दादाजी सरदार बेअंत सिंह जी, जो टेररिज्म इनकी गलतियों से पंजाब में आया उसको ठीक करते करते 35,000 लोग चले गए और एक मुख्यमंत्री पंजाब के वो, उनको जान गंवानी पड़ी। और मैं उसी दिन अपने शब्द वापस लूंगा, और नहीं तो मैं पार्लियामेंट में भी ये कहूंगा। मैं कहता हूं ये माफी खड़गे साहब को माननी चाहिए भी, जो राहुल गांधी और पन्नू ने कहा है आप स्पष्ट करें, कांग्रेस क्या राहुल गांधी के बयान पे खड़गे साहब ये मानते हैं भी पंजाब में या देश में सिखों को ये चीज करने की इजाजत नहीं है। सो ਇਹ ਕੁਛ ਬਿਆਨ ਨੇ ਜਿਹੜੇ ਰਵਨੀਤ ਬਿੱਟੂ ਹੋਰਾਂ ਨੇ ਦਿੱਤੇ ਨੇ। ਰਵਨੀਤ ਬਿੱਟੂ ਕਹਿੰਦੇ ਨੇ ਕਿ ਮੁਲਕ ਦਾ ਸਭ ਤੋਂ ਖਤਰਨਾਕ ਜੇ ਕੋਈ ਅਤਵਾਦੀ ਹੈ ਤਾਂ ਰਾਹੁਲ ਗਾਂਧੀ ਹੈ। ਹੁਣ ਇਹ ਹਿਸਾਬ ਲਾ ਲਓ ਕਿ ਜੋ ਸਟੇਟਮੈਂਟ ਦੇ ਰਹੇ ਹੋ ਕਿੰਨੀ ਕੁ ਠੀਕ ਹੈ। ਔਰ ਉਹ ਇਹ ਦਾਅਵਾ ਇਸ ਕਰਕੇ ਦੇ ਰਹੇ ਨੇ ਕਿਉਂਕਿ ਗੁਰਪਤਵੰਤ ਪੰਨੂ ਨੇ ਕਿਹਾ ਕਿ ਦੇਖੋ ਰਾਹੁਲ ਗਾਂਧੀ ਜੋ ਕਰ ਰਹੇ ਨੇ ਉਹ ਠੀਕ ਕਰ ਰਹੇ। ਬਿੱਟੂ ਦਾ ਬਿਆਨ ਤੇ ਬਵਾਲ, ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਰਵਨੀਤ ਬਿੱਟੂ ਦਾ ਵਿਰੋਧ ਹੈ ਜਿਹੜਾ ਮੁਲਕ ਭਰ ਦੇ ਵਿੱਚ ਕਾਂਗਰਸ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ। ਦਿੱਲੀ ਸਣੇ ਵੱਖ ਵੱਖ ਸੂਬਿਆਂ ਦੇ ਵਿੱਚ ਮੰਤਰੀ ਬਿੱਟੂ ਦੇ ਖਿਲਾਫ ਸ਼ਿਕਾਇਤਾਂ ਦਰਜ ਹੋਈਆਂ ਨੇ, ਰਵਨੀਤ ਬਿੱਟੂ ਤੇ FIR ਦਰਜ ਹੋ ਚੁੱਕੀ ਹੈ। ਬੈਂਗਲੁਰੂ ਦੇ ਹਾਈ ਗਰਾਊਂਡ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਸਥਾਨਕ ਕਾਂਗਰਸ ਵੱਲੋਂ ਇੱਥੇ ਸ਼ਿਕਾਇਤ ਦਿੱਤੀ ਗਈ ਹੈ। ਬੀਤੇ ਦਿਨੀ ਦੇਸ਼ ਭਰ ਦੇ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਬਿੱਟੂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ, ਉਹਨਾਂ ਦੇ ਪੁਤਲੇ ਵੀ ਫੂਕੇ ਗਏ। ਲੈਟਰ ਵਾਰ ਵੀ ਚੱਲ ਰਹੀ ਹੈ, ਗੱਲ ਇੱਥੇ ਖਤਮ ਨਹੀਂ ਹੋ ਜਾਂਦੀ। ਕੋਈ ਕਿਸੇ ਨੂੰ ਚਿੱਠੀ ਲਿਖ ਰਿਹਾ, ਕੋਈ ਕਿਸੇ ਨੂੰ ਚਿੱਠੀ ਲਿਖ ਰਿਹਾ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਕਿਉਂਕਿ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ। JP ਨੱਡਾ ਨੇ ਮਲਲਿਕਾਰਜੁਨ ਖੜਗੇ ਦੇ ਪੱਤਰ ਦਾ ਜਵਾਬ ਦਿੱਤਾ। ਪਹਿਲਾਂ ਖੜਗੇ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਸੀ ਪ੍ਰਧਾਨ ਮੰਤਰੀ ਨੂੰ, ਰਾਹੁਲ ਗਾਂਧੀ ਨੇ ਖੁਦ PM ਮੋਦੀ ਦਾ ਕਈ ਵਾਰ ਅਪਮਾਨ ਕੀਤਾ ਤਾਂ ਤੁਸੀਂ ਕਿਉਂ ਚੁੱਪ ਰਹੇ, ਤਾਂ ਕਿਉਂ ਨਹੀਂ ਬੋਲੇ। ਸੋਨੀਆ ਗਾਂਧੀ ਨੇ PM ਲਈ ਮੌਤ ਦਾ ਸਦਾਗਰ ਸ਼ਬਦ ਦਾ ਇਸਤੇਮਾਲ ਕੀਤਾ ਤਾਂ ਤੁਸੀਂ ਕੁਝ ਨਹੀਂ ਬੋਲੇ, ਤਾਂ ਤੁਸੀਂ ਚੁੱਪ ਰਹੇ। ਕਾਂਗਰਸ ਦੀ ਮੁਹੱਬਤ ਦੀ ਦੁਕਾਨ ਦੇ ਵਿੱਚ ਜੋ ਪ੍ਰੋਡਕਟ ਵੇਚਿਆ ਜਾ ਰਿਹਾ ਉਹ ਜਾਤੀਵਾਦ ਦਾ ਜ਼ਹਿਰ ਹੈ, ਇਹ ਦਾਅਵਾ ਜਿਹੜਾ ਇਸ ਲੈਟਰ ਦੇ ਵਿੱਚ ਕੀਤਾ ਗਿਆ। ਖੜਗੇ ਪੱਤਰ ਦੇ ਵਿੱਚ ਰਾਹੁਲ ਸਣੇ ਆਪਣੇ ਨੇਤਾਵਾਂ ਦੀਆਂ ਕਰਤੂਤਾਂ ਭੁੱਲ ਗਏ ਜਾਂ ਫਿਰ ਜਾਣ ਬੁੱਝ ਕੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਇਹ ਇੱਕ ਤਿੱਖੀ ਸ਼ਬਦਾਵਲੀ ਹੈ ਜਿਹੜੀ ਵਰਤੀ ਗਈ। ਹੁਣ ਦੂਜੇ ਪਾਸੇ ਉਹ ਚਿੱਠੀ ਵੀ ਦੇਖ ਲਓ, ਬੀਤੇ ਦਿਨੀ ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਨੇ PM ਮੋਦੀ ਨੂੰ ਇੱਕ ਚਿੱਠੀ ਲਿਖੀ ਸੀ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਲੀਡਰਾਂ ਨੂੰ ਅਨੁਸ਼ਾਸਨ ਅਤੇ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਕਿਹਾ ਜਾਵੇ ਕਿ ਮਰਿਆਦਾ ਦੀ ਪਾਲਣਾ ਜਿਹੜੀ ਉਹ ਕਰੋ। ਅਜਿਹੇ ਬਿਆਨ ਦੇਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ PM ਨੂੰ ਕਰਵਾਉਣੀ ਚਾਹੀਦੀ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿੱਚ ਮਤਭੇਦ ਹੋ ਸਕਦੇ ਨੇ, ਪਰ ਅਜਿਹਾ ਵਤੀਰਾ ਠੀਕ ਨਹੀਂ ਜਿਸ ਤਰ੍ਹਾਂ ਦੀ ਲੈਂਗੁਏਜ ਹੈ ਜਿਹੜੀ ਉਹ ਵਰਤੀ ਜਾ ਰਹੀ ਹੈ। ਹੁਣ ਇਸ ਸਾਰੇ ਮਸਲੇ ਨੇ ਤੂਲ ਕਦੋਂ ਫੜਿਆ? ਆਪਾਂ ਕਹਿੰਦੇ ਨਾ ਅੱਗ ਦੇ ਵਿੱਚ ਘਿਓ ਪਾਉਣ ਦਾ ਕੰਮ ਕਿਹਨੇ ਕੀਤਾ, ਤਾਂ ਉਹ ਕੀਤਾ ਗੁਰਪਤਵੰਤ ਪੰਨੂ ਨੇ। ਗੁਰਪਤਵੰਤ ਪੰਨੂ ਕੀ ਕਹਿੰਦਾ? ਉਹ ਕਹਿੰਦਾ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਸਿੱਖਾਂ ਦੀ ਹਾਲਤ ਬਾਰੇ ਦਿੱਤਾ ਗਿਆ ਬਿਆਨ ਨਾ ਸਿਰਫ ਦਲੇਰੀ ਭਰਿਆ ਸਗੋਂ ਭਾਰਤ ਵਿੱਚ 1947 ਤੋਂ ਸਿੱਖਾਂ ਉੱਤੇ ਹੋ ਰਹੇ ਅਤਿਆਚਾਰਾਂ ਨੂੰ ਵੀ ਦਰਸਾਉਂਦਾ। ਇਹ ਪੰਜਾਬ ਦੀ ਆਜ਼ਾਦੀ ਬਾਰੇ ਸਿੱਖਸ ਫੋਰ ਜਸਟਿਸ SFJ ਦੀ ਸਟੈਂਡ ਦੀ ਪੁਸ਼ਟੀ ਕਰਦਾ। ਸੋ ਕਿਤੇ ਨਾ ਕਿਤੇ ਇਸੇ ਗੱਲ ਨੂੰ ਹੀ ਆਧਾਰ ਬਣਾ ਕੇ ਹੈ ਜਿਹੜੀ ਉਹ BJP ਹੁਣ ਕਾਂਗਰਸ ਨੂੰ ਨਿੰਦ ਰਹੀ ਹੈ ਕਿ ਦੇਖੋ ਉਹ ਤਾਕਤਾਂ ਜਿਹੜੀਆਂ ਮੁਲਕ ਨੂੰ ਤੋੜਨਾ ਚਾਹੁੰਦੀਆਂ ਨੇ ਉਹ ਵੀ ਤੁਹਾਡੇ ਨਾਲ ਆ ਕੇ ਸਹਿਮਤ ਹੋ ਗਈਆਂ ਨੇ, ਕਿਉਂਕਿ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ। ਉਹ ਰਾਹੁਲ ਗਾਂਧੀ ਦੀ ਇੱਕ ਛੋਟੀ ਜਿਹੀ ਬਾਈਟ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਿਸ ਬਾਈਟ 'ਤੇ ਇਹ ਸਾਰਾ ਵਿਵਾਦ ਛਿੜਿਆ ਸੀ। Is going to be allowed to wear his turban in India. Or he as a Sikh is going to be allowed to wear a kada in India. Or he as a Sikh is going to be able to go
ਗੁਰਦੁਆਰਾ ਸੋ ਇਹ ਸੀ ਉਹ ਬਿਆਨ ਜਿੱਥੇ ਉਹਨਾਂ ਨੇ ਇੱਕ ਸਿੱਖ ਪੱਤਰਕਾਰ ਨੂੰ ਪੁੱਛਿਆ ਕਿ ਇਹ ਸਿੱਖ ਪੱਗ ਬਣ ਕੇ ਕੜਾ ਬਣ ਕੇ ਕਿ ਗੁਰਦੁਆਰੇ ਜਾ ਸਕਦੇ ਨੇ ਇੰਡੀਆ ਦੇ ਵਿੱਚ, ਤਾਂ ਜਵਾਬ ਉਹਨਾਂ ਨੇ ਕਿਹਾ ਕਿ ਨਾਂ ਦੇ ਵਿੱਚ ਹੋਏਗਾ। ਇਸ ਪੂਰੇ ਮੁੱਦੇ 'ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੁਖਵਿੰਦਰ ਸਿੰਘ ਕੋਟਲੀ ਸਾਹਿਬ, ਵਿਧਾਇਕ ਨੇ ਆਦਮਪੁਰ ਤੋਂ, ਪੰਜਾਬ ਕਾਂਗਰਸ ਦੇ ਨਾਲ ਜੁੜੇ ਹੋਏ ਨੇ। ਜੈਬਾਨ ਸਿੰਘ ਜੀ ਬੁਲਾਰ ਨੇ ਪੰਜਾਬ ਬੀਜੇਪੀ ਦੇ, ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ, ਇੰਦਰਪਾਲ ਸਿੰਘ ਜੀ ਡਾਇਰੈਕਟਰ ਓਵਰਸੀਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਇਹ ਮੁੱਦਾ ਬੜਾ ਅਹਿਮ ਹੁੰਦਾ ਜਾ ਰਿਹਾ। ਉਦੋਂ ਤੱਕ ਤਾਂ ਗੱਲ ਠੀਕ ਸੀ ਕਿ ਚਲੋ ਇੱਕ ਬਿਆਨ ਦਿੱਤਾ, ਬਿਆਨ ਦਾ ਵਿਰੋਧ ਵੀ ਹੋਇਆ, ਸਿੱਖ ਭਾਈਚਾਰੇ ਵੱਲੋਂ ਵੀ ਇਹ ਬਿਆਨ ਦਿੱਤੇ ਗਏ ਕਿ ਪੂਰੀ ਤਰ੍ਹਾਂ ਤਾਂ ਠੀਕ ਨਹੀਂ ਹੈ, ਪਰ ਕੁਛ ਹੱਦ ਤੱਕ ਇਹ ਗੱਲਾਂ ਰਾਹੁਲ ਗਾਂਧੀ ਨੇ ਠੀਕ ਕੀਤੀਆਂ ਨੇ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣਾ ਇਤਿਹਾਸ ਵੀ ਨਹੀਂ ਭੁੱਲਣਾ ਚਾਹੀਦਾ। ਕੋਟਲੀ ਸਾਹਿਬ, ਇਸ ਪੂਰੇ ਮੁੱਦੇ 'ਤੇ ਇੰਨਾ ਬਵਾਲ ਕਿਉਂ ਹੋ ਰਿਹਾ? ਪਰ ਤੁਹਾਨੂੰ ਲੱਗਦਾ ਕਿ ਰਾਹੁਲ ਗਾਂਧੀ ਦੀ ਉਸ ਸਟੇਟਮੈਂਟ ਦੇ ਨਾਲ ਤੁਸੀਂ ਸਹਿਮਤ ਹੋ? ਤੁਸੀਂ ਆਪਣੇ ਮੁਲਕ ਦੇ ਵਿੱਚ ਜੋ ਮਰਜ਼ੀ ਕਰੋ, ਜੋ ਮਰਜ਼ੀ ਕਹੋ, ਪਰ ਜਦੋਂ ਤੁਸੀਂ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਆਪਣੇ ਹੀ ਮੁਲਕ ਨੂੰ ਨਿੰਦਦੇ ਹੋ ਔਰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ, ਫਿਰ ਤੁਹਾਨੂੰ ਲੱਗਦਾ ਨਹੀਂ ਕਿ ਆਪਣੇ ਮੁਲਕ ਦੇ ਖਿਲਾਫ ਹੀ ਤੁਸੀਂ ਇੱਦਾਂ ਦੀ ਬਿਆਨਬਾਜ਼ੀ ਕਰ ਰਹੇ ਹੋ? ਹਰਪ੍ਰੀਤ ਜੀ, ਜੇ ਆਪਾਂ ਇਸ ਬਿਆਨ ਨੂੰ ਸਿਰਫ ਵਿਦੇਸ਼ ਦੀ ਧਰਤੀ ਨਾਲ ਹੀ ਜੋੜ ਕੇ ਦੇਖ ਰਹੇ ਹਾਂ ਤਾਂ ਫਿਰ ਮੇਰੇ ਖਿਆਲ ਦੇ ਅੰਦਰ ਇਹ ਬਹੁਤਾ ਠੀਕ ਨਹੀਂ ਹੈ। ਠੀਕ ਹੈ, ਰਾਹੁਲ ਗਾਂਧੀ ਨੇ ਤਾਂ ਭਾਰਤ ਦੀਆਂ ਘੱਟ ਗਿਣਤੀਆਂ ਦੇ ਲਈ ਹਮੇਸ਼ਾ ਭਾਰਤ ਦੇ ਅੰਦਰ ਵੀ ਬਹੁਤ ਕੁਝ ਕਿਹਾ, ਬਹੁਤ ਸਾਰੀਆਂ ਸਟੇਟਮੈਂਟਸ ਉਹਨਾਂ ਦੀਆਂ ਆਈਆਂ ਨੇ। ਮਾਮਲਾ ਇਹ ਹੈ ਕਿ ਰਵਨੀਤ ਬਿੱਟੂ ਜੀ ਦਾ ਰਾਹੁਲ ਜੀ ਪ੍ਰਤੀ ਉਹਨਾਂ ਨੂੰ ਅੱਤਵਾਦੀ ਕਹਿਣਾ, ਅੱਜ ਚਰਚਾ ਇਸ ਵਿਸ਼ੇ ਤੇ ਹੋ ਰਹੀ ਹੈ ਔਰ ਰਾਹੁਲ ਜੀ ਦੀ ਸਟੇਟਮੈਂਟ ਦੇ ਉੱਤੇ ਹੋ ਰਹੀ ਹੈ। ਚਿੰਤਾ ਇਸ ਗੱਲ ਦੀ ਕਾਂਗਰਸ ਜ਼ਾਹਰ ਕਰ ਰਹੀ ਹੈ। ਮੈਂ ਪਾਰਟੀ ਦਾ ਸਪੈਸ਼ਲ ਸਪੋਕਸ ਪਰਸਨ ਆ, MLA ਚੁਣ ਕੇ ਆਇਆ ਜੀ, ਕਿ ਨਵਰੀ ਜਿਹੜੇ ਰਵਨੀਤ ਬਿੱਟੂ ਜੀ ਨੇ ਜੀ, ਮੇਰੇ ਖਿਆਲ ਦੇ ਅੰਦਰ ਹਾਲੇ 2-4 ਕੁ ਮਹੀਨੇ ਹੀ ਹੋਏ ਉਹਨਾਂ ਨੂੰ ਕਾਂਗਰਸ ਤੋਂ ਅਲਵਿਦਾ ਕਹਿ ਕੇ ਭਰੇ ਲਾਂਭੇ ਹੋਇਆ, ਕੀ ਇਹ ਗੱਲਾਂ ਉਹਨਾਂ ਨੂੰ ਉਸ ਵਕਤ ਯਾਦ ਨਹੀਂ ਆਈਆਂ? ਕੀ ਉਹਨਾਂ ਨੂੰ ਉਸ ਵੇਲੇ ਲੋਕ ਨਹੀਂ ਦੇਖਦੇ ਸੀ? ਜਿਹੜਾ ਅੱਜ ਕਹਿ ਰਹੇ ਨੇ ਕਿ ਮੈਂ ਦੇਸ਼ ਦੀ ਪਾਰਲੀਮੈਂਟ 'ਚ ਗੱਲ ਕਰਾਂਗਾ, ਰਵਨੀਤ ਜੀ ਤੁਸੀਂ 3 ਵਾਰ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣ ਕੇ ਗਏ, ਤਾਂ ਫਿਰ ਜੇ ਤੁਹਾਨੂੰ ਉਦੋਂ ਕੋਈ ਚੇਤੇ ਨਹੀਂ ਆਇਆ, ਹੁਣ ਤੁਸੀਂ ਨਹੀਂ ਬੋਲ ਰਹੇ, ਇਹ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਦੇ ਵਜੋਂ ਜੋ ਕੁਝ ਵੀ ਕਹਿ ਰਹੇ ਹੋ। ਹਰਪ੍ਰੀਤ ਜੀ, ਤੁਸੀਂ ਕਹਿ ਰਹੇ ਸੀਗੇ ਕਿ ਚਿੱਠੀ ਦੇ ਰਾਹੀਂ ਜਾਂ ਦੂਸਰਿਆਂ ਦੇ ਰਾਹੀਂ ਜੋ ਤੁਸੀਂ ਦਿਖਾਇਆ ਵੀ ਰਾਹੁਲ ਗਾਂਧੀ ਹਮਦਰਦੀ ਤਾਂ ਪ੍ਰਗਟਾਉਂਦਾ ਤੇ, ਪਰ ਉਹਦੇ ਨਾਲ ਦੇਸ਼ ਦੇ ਅੰਦਰ ਕਿਤੇ ਸਿਆਸੀ ਪਾੜਾ ਜਾਂ ਧਾਰਮਿਕ ਪਾੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਜੇ ਉਹਨਾਂ ਪ੍ਰਤੀ ਆਸਥਾ ਦਿਖਾਈ ਜਾ ਰਹੀ ਹੈ, ਦੇਖੋ ਜੇ ਅਤੀਤ ਦੇ ਉੱਤੇ ਆਪਾਂ ਇੱਕ ਲੰਬੀ ਚਰਚਾ ਕਰ ਲਾਂਗੇ ਜਿਹਦਾ ਜ਼ਿਕਰ ਮੇਰੇ ਸਾਥੀਆਂ ਨੇ ਕਰਨਾ ਹੀ ਆ, ਤਾਂ ਮੇਰੇ ਖਿਆਲ ਦੇ ਅੰਦਰ ਉਹ ਇੱਕ ਵੱਖਰਾ ਵਿਸ਼ਾ ਬਣ ਸਕਦਾ ਹੈ। ਪਰ ਲੇਕਿਨ ਉਹਨਾਂ ਗੱਲਾਂ ਦੇ ਨਾਲ ਸਵਾਲ ਤਾਂ ਕੋਟਲੀ ਸਾਹਿਬ ਫਿਰ ਖੜਾ ਹੁੰਦਾ ਨਾ। ਕੋਟਲੀ ਸਾਹਿਬ, ਇੱਕ ਸਵਾਲ ਹੈ, ਤੁਸੀਂ ਰਵਨੀਤ ਬਿੱਟੂ ਨੂੰ ਤਾਂ ਪਿਛੋਕੜ ਯਾਦ ਕਰਾਈ ਜਾਂਦੇ ਹੋ, ਫਿਰ ਬੀਜੇਪੀ ਵਾਲੇ ਵੀ ਤਾਂ ਰਾਹੁਲ ਗਾਂਧੀ ਨੂੰ ਤਾਂ ਪਿਛੋਕੜ ਯਾਦ ਕਰਾਣਗੇ ਨਾ, ਵੀ ਤੁਸੀਂ ਸਿੱਖਾਂ ਦੇ ਹਮਦਰਦ ਤਾਂ ਤਾਂ ਬਣੋ ਨਾ। ਸਰ, ਇੱਕ ਸਵਾਲ ਲੈ ਲਓ ਨਾ, ਸਿੱਖਾਂ ਦੇ ਹਮਦਰਦ ਤਾਂ ਤੁਸੀਂ ਤਾਂ ਬਣੋ ਜੇ ਤੁਹਾਡੀ ਪਾਰਟੀ ਨੇ ਜਾਂ ਤੁਹਾਡੀ ਪਾਰਟੀ ਦੇ ਵਿੱਚ ਹੁੰਦੇ ਵਰਤਾਰੇ ਨੇ ਸਿੱਖਾਂ ਨੂੰ ਨਿਆਂ ਦਿੱਤਾ ਹੋਵੇ, ਹੈ ਨਾ? ਇਹੀ ਗੱਲ ਤਾਂ ਹੁਣ ਬੀਜੇਪੀ ਕਹੇਗੀ। ਹਰਪ੍ਰੀਤ ਜੀ, ਜੀ ਜੋ ਕੁਝ ਹੋਇਆ ਕਿ ਦੇਸ਼ ਦੇ ਅੰਦਰ, ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇਹ ਨਹੀਂ ਬੋਲਿਆ ਗਿਆ ਕਿ ਜੋ ਕੁਝ ਦੇਸ਼ ਦੇ ਅੰਦਰ ਨਹੀਂ ਸੀ ਹੋਣਾ ਚਾਹੀਦਾ, ਔਨ ਰਿਕਾਰਡ ਹੈ। ਆਪਾਂ ਸਿਰਫ ਇਸ ਵਿਸ਼ੇ ਨੂੰ ਹੀ ਸਿਰਫ ਚਰਚਾ ਦਾ ਵਿਸ਼ਾ ਬਣਾ ਕੇ ਭਾਰਤੀ ਜਨਤਾ ਪਾਰਟੀ ਅੱਜ ਰਵਨੀਤ ਬਿੱਟੂ ਦੇ ਰਾਹੀਂ ਜੇ ਰਾਹੁਲ ਗਾਂਧੀ ਨੂੰ ਅੱਤਵਾਦੀ ਦੱਸ ਰਹੇ ਹੈ, ਤਾਂ ਮੇਰੇ ਖਿਆਲ ਦੇ ਅੰਦਰ ਇਹ
ਇਹ ਠੀਕ ਨਹੀਂ ਹੈ। ਤੇ ਤੁਸੀਂ ਜੇ ਕਿਸੇ ਦੇ ਹੱਕ ਚ ਬੋਲਣਾ ਜੀ, ਫਿਰ ਅੱਤਵਾਦੀ ਮਤਲਬ ਜਾਣੀ ਉਹਨੂੰ ਕਿਹਾ ਜਾਵੇ ਤਾਂ ਫਿਰ ਠੀਕ ਹੈ, ਫਿਰ ਕਹੋ ਜੀ ਸਦਕੇ ਕਹੋ। ਸਾਨੂੰ ਇਸ ਗੱਲ ਦੇ ਉੱਤੇ ਸਰ ਤੁਹਾਨੂੰ ਲੱਗਦਾ ਨਹੀਂ, ਕੋਟਲੀ ਸਾਹਿਬ ਜੇ ਗੁਰਪਤਵੰਤ ਪੰਨੂ ਨੇ ਇਹ ਗੱਲ ਕਹੀ ਹੈ ਤਾਂ ਤੁਹਾਨੂੰ ਉਹਨੂੰ ਕਮੈਂਟ ਤਾਂ ਕਰਨਾ ਚਾਹੀਦਾ ਸੀਗਾ ਵੀ ਭਾਈ ਇਹ ਸਾਡਾ ਅੰਦਰੂਨੀ ਮਸਲਾ ਹੈ। ਗੁਰਪੰਥ ਪੰਨੂ ਨੇ ਦੇਸ਼ ਦੇ ਲਈ ਹੋਰ ਬਹੁਤ ਕੁਝ ਕਿਹਾ ਜੀ, ਉਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਕਿੰਨੇ ਐਕਸ਼ਨ ਲਏ ਨੇ, ਕਿੰਨਿਆਂ ਨੇਤਾਵਾਂ ਦੇ ਉੱਤੇ, ਕਿੰਨਿਆਂ ਦੇ ਉੱਤੇ ਚਰਚਾਵਾਂ ਹੋਈਆਂ, ਕਿੰਨਿਆਂ ਨੂੰ ਧਮਕੀਆਂ ਮਿਲੀਆਂ। ਅੱਜ ਤੱਕ ਗੁਰਪੰਥ ਪੰਨੂ ਨੂੰ ਭਾਰਤ ਲਿਆ ਕੇ ਉਹਦੇ ਖਿਲਾਫ ਮੁਕੱਦਮਾ ਚਲਾ ਕੇ ਉਹਦੀ ਕੋਈ ਕੋਸ਼ਿਸ਼ ਕੀਤੀ ਗਈ ਆ? 11 ਸਾਲ ਤੋਂ 10 ਸਾਲ ਦੇ ਉੱਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜੀ। ਅੱਜ ਤੁਸੀਂ ਸਾਨੂੰ ਕਹਿ ਰਹੇ ਹੋ, ਇੱਕੋ ਮਿੰਟ ਲੈਣਾ, ਛੋਟਾ ਜਿਹਾ ਪਾਸੇ ਪੁੱਛਣਾ ਚਾਹੁੰਦਾ ਕਿ ਪੰਨੂ ਦੇ ਬਿਆਨ ਦੇ ਨਾਲ ਸਹਿਮਤ ਹੋ ਜਾਂ ਨਹੀਂ ਹੋ? ਗੁਰਪਤਵੰਤ ਪੰਨੂ ਦੇ ਬਿਆਨ ਦੇ ਨਾਲ ਤੁਸੀਂ ਸਹਿਮਤ ਹੋ, ਕਾਂਗਰਸ ਸਹਿਮਤ ਹੈ ਜਾਂ ਨਹੀਂ ਹੈ? ਜੇ ਕੋਈ ਬੋਲ ਰਿਹਾ, ਜੇ ਕੋਈ ਬੋਲ ਰਿਹਾ ਤਾਂ ਉਹ ਬੋਲੇ, ਅਸੀਂ ਉਹਨੂੰ ਕਦੋਂ ਰੋਕਦੇ ਹਾਂ? ਅਸੀਂ ਇਹ ਕਹਾਂਗੇ ਸਾਡੇ ਦੇਸ਼ ਨੂੰ ਤੋੜਨ ਦੇ ਲਈ, ਸਾਡੇ ਦੇਸ਼ ਦੀ ਏਕਤਾ ਤੇ ਅਖੰਡ ਨੂੰ ਤੋੜਨ ਦੇ ਲਈ ਅਗਰ ਪੰਨੂ ਕੋਈ ਗਲਤ ਗੱਲ ਕਹੇਗਾ ਤਾਂ ਕਾਂਗਰਸ ਪਾਰਟੀ ਉਹਦਾ ਵਿਰੋਧ ਕਰੇਗੀ। ਮੈਂ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਠੀਕ ਹੈ, ਉਹ ਇੰਡੋਰਸ ਕੀਤਾ ਉਹਨੇ, ਉਹ ਠੀਕ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਅੰਦਰ ਭਾਰਤੀ ਘੱਟ ਗਿਣਤੀਆਂ ਨੂੰ ਖਤਰਾ ਹੈ, ਇਹਨਾਂ ਦੇ ਸਾਡੇ ਕਿਸਾਨਾਂ ਨੂੰ ਦਿੱਲੀ ਦੇ 에ਅਰਪੋਰਟ ਤੋਂ ਇਸ ਕਰਕੇ ਉਤਾਰ ਦਿੱਤਾ ਜਾਂਦਾ ਕਿ ਉਹਨਾਂ ਨੇ ਅੰਮ੍ਰਿਤਧਾਰੀ ਨੇ ਉਹਨਾਂ ਨੇ ਸਿਰਸਾ ਪਾਈ ਹੋਈ ਹੈ, ਕਿਰਪਾਨ ਪਾਈ ਹੋਈ ਹੈ। ਫਿਰ ਕੰਗਣਾ ਰਣੌਤ ਕਿੰਨਾ ਕੁਛ ਬੋਲ ਰਹੀ ਹੈ, ਰਾਜਸਥਾਨ ਦੇ ਅੰਦਰ ਸਾਡੇ ਸਟੂਡੈਂਟਸ ਦੇ ਕੜੇ ਲਹਾ ਦਿੱਤੇ ਜਾਂਦੇ ਆ, ਤਾਂ ਜਾਤੀਵਾਦ ਇਸ ਦੇਸ਼ ਦੇ ਅੰਦਰ ਕੌਣ ਭੜਕਾ ਰਿਹਾ ਹਰਪ੍ਰੀਤ ਜੀ? ਠੀਕ ਹੈ ਠੀਕ ਹੈ, ਹੁਣ ਜਵਾਬ ਲੈਣੇ ਸਿਰਫ ਸਾਨੂੰ ਸਰ ਆ ਗਿਆ ਤੁਹਾਡੀ ਗੱਲ, ਹੁਣ ਮੈਨੂੰ ਜੈਬਾਨ ਸਿੰਘ ਜੀ ਤੋਂ ਲੈ ਲੈਣ ਦਿਓ ਜਵਾਬ। ਰਾਹੁਲ ਗਾਂਧੀ ਨੇ ਜੋ ਕਿਹਾ ਦੇਸ਼ ਦੇ ਅੰਦਰ ਘੱਟ, ਠੀਕ ਹੈ ਜੈਬਾਨ ਸਿੰਘ ਜੀ, ਜੈਬਾਨ ਸਿੰਘ ਜੀ ਸਵਾਲ ਇਹ ਹੈ, ਉਹ ਕਹਿੰਦੇ ਕਿ ਰਾਹੁਲ ਗਾਂਧੀ ਨੇ ਜੋ ਕਿਹਾ ਉਹ ਸਹੀ ਕਿਹਾ, ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਵਿੱਚ ਖਤਰਾ ਹੈ ਤਾਂ ਹੈ, ਔਰ ਜੋ ਰਵਨੀਤ ਬਿੱਟੂ ਹੋਰਾਂ ਦੀ ਸ਼ਬਦਾਵਲੀ ਹੈ ਕਿ ਅੱਤਵਾਦੀ ਕਹਿਣਾ ਕਿ ਮੁਲਕ ਦੇ ਵਿੱਚ ਸਭ ਤੋਂ ਵੱਡਾ ਅੱਤਵਾਦੀ ਹੈ, ਉਹ ਨਿੰਦਣਯੋਗ ਹੈ, ਔਰ ਬੀਜੇਪੀ ਨੇ ਇਸ ਨੂੰ ਕੰਡੈਮ ਨਹੀਂ ਕੀਤਾ ਜਦਕਿ ਕਰਨਾ ਚਾਹੀਦਾ ਸੀ। ਥੈਂਕ ਯੂ ਹਰਪ੍ਰੀਤ ਜੀ, ਡਿਬੇਟ ਬਹੁਤ ਵਧੀਆ ਸ਼ੁਰੂ ਹੋਈ ਹੈ, ਤੁਸੀਂ ਇੱਕ ਬਹੁਤ ਅੱਛੀ ਭੂਮਿਕਾ ਬੰਨੀ ਹੈ ਇਸ ਡਿਬੇਟ ਦੀ, ਉਹਨੂੰ ਅੱਗੇ ਲੈ ਕੇ ਜਾਣ ਵਾਸਤੇ ਅਸੀਂ ਹੁਣ ਇੱਥੇ ਬੈਠੇ ਹਾਂ ਜੀ। ਬਾਅਦ ਦੇ ਵਿੱਚ ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਕਾਂਗਰਸ ਨੇ ਐਟ ਲਾਸਟ ਇੱਕ ਬਹੁਤ ਹੀ ਮੈਚਿਓਰ ਸਪੋਕਸਪਰਸਨ ਨੂੰ ਭੇਜਿਆ ਕੋਟਲੀ ਜੀ ਨੂੰ ਇੱਥੇ। ਮੈਂ ਇਸ ਸਬਜੈਕਟ ਦੇ ਉੱਤੇ ਕਾਫੀ ਡਿਬੇਟਸ ਦੇ ਵਿੱਚ ਬਹਿ ਗਿਆ ਹੋਇਆ, ਅੱਜ ਤੱਕ ਕੀ ਹੋ ਰਿਹਾ ਹੈ ਕਿ ਕਾਂਗਰਸ ਦਾ ਜਿਹੜਾ ਵੀ ਬੁਲਾਰਾ ਆਉਂਦਾ ਹੈ ਉਹ ਥੋੜਾ ਬਹੁਤਾ ਆਪਣਾ ਕਹਿ ਕੇ ਉਹਦੇ ਬਾਅਦ ਸਾਡਾ ਅਸੀਂ ਜੋ ਕਹਿਣਾ ਹੁੰਦਾ ਹੈ ਉਹਦੇ ਵਿੱਚ ਇੰਟਰਫੇਅਰ ਕਰਨਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਕੋਲ ਕੁਝ ਕਹਿਣ ਨੂੰ ਹੈ ਨਹੀਂ। ਜੋ ਉੱਥੇ ਰਾਹੁਲ ਗਾਂਧੀ, ਅਸੀਂ ਰਵਨੀਤ ਬਿੱਟੂ ਦੇ ਜੀ ਦੇ ਬਾਰੇ 'ਚ ਬਾਅਦ 'ਚ ਗੱਲ ਕਰ ਲਵਾਂਗੇ, ਜੋ ਉੱਥੇ ਰਾਹੁਲ ਗਾਂਧੀ ਨੇ ਕਿਹਾ ਉਸ ਚੀਜ਼ ਦੇ ਨਾਲ ਸਿੱਖ ਕਮਿਊਨਿਟੀ ਨੂੰ ਬਹੁਤ ਵੱਡੀ ਚੋਟ ਪਹੁੰਚੀ ਹੈ, ਬਹੁਤ ਵੱਡਾ ਸਦਮਾ ਪਹੁੰਚਿਆ ਹੈ, ਅਤੇ ਜਿਹੜਾ ਸਾਡੇ ਨਾਲ 1980s ਦੇ ਵਿੱਚ ਅਤੇ ਐਸਪੈਸ਼ਲੀ 1984 ਦੇ ਵਿੱਚ ਜੈਨੋਸਾਈਡ ਹੋਈ ਹੈ ਉਹ ਚੀਜ਼ ਸਾਨੂੰ ਫਿਰ ਦੁਬਾਰਾ ਯਾਦ ਆ ਚੁੱਕੀ ਹੈ, ਅਤੇ ਇਹ ਲੱਗਦਾ ਸਿੱਖ ਕਮਿਊਨਿਟੀ ਨੂੰ। ਮੈਂ ਬਹੁਤ ਇਹ ਤੋਂ ਹਰਪੀਜੀ ਦੇ ਉੱਤੇ ਬੋਲ ਰਿਹਾ, ਸੋ ਦੂਸਰਿਆਂ ਦੇ ਵੀ ਮੈਨੂੰ ਪਤਾ ਹੈ ਕਿ ਕਿਹੜੇ ਚੈਨਲ 'ਚ ਕੀ ਕਿਹਾ ਜਾ ਰਿਹਾ, ਮੈਂ ਉੱਥੋਂ ਦੀ ਤੁਹਾਨੂੰ ਗੱਲ ਦੱਸ ਰਿਹਾ। ਲੋਕਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਐਰੋਗੈਂਸ ਪਹਿਲੇ ਸੀਗੀ ਗਾਂਧੀ ਪਰਿਵਾਰ ਦੇ ਵਿੱਚ, ਉਹ ਐਰੋਗੈਂਸ ਹਜੇ ਤੱਕ ਗਈ ਨਹੀਂ ਹੈ। ਤੁਸੀਂ ਦੇਖੋ ਕਿਹੜੇ ਤਰੀਕੇ ਨਾਲ ਉਸ ਸਿੱਖ ਮੁੰਡੇ ਦੇ ਨਾਲ ਗੱਲ ਕੀਤੀ ਸੀ ਰਾਹੁਲ ਗਾਂਧੀ ਨੇ, ਯੂ ਦੇਅਰ ਵੇਅਰਿੰਗ ਅ ਟਰਬਨ। ਦੇਖੋ ਤੁਸੀਂ ਮਤਲਬ ਤੁਹਾਨੂੰ ਪਤਾ ਨਹੀਂ ਕਿ ਟਰਬਨ ਪਾਇਆ ਸਿੱਖ ਜੈਂਟਲਮੈਨ ਹੈ, ਇਹ ਨਹੀਂ ਸੀ ਕਹਿ ਸਕਦਾ ਸਿੱਖ ਜੈਂਟਲਮੈਨ ਸਿਟਿੰਗ ਓਵਰ ਦੇਅਰ, ਤੇ ਏਡੇ ਜ਼ਿਆਦਾ ਉਹਦੇ ਕੋਲ ਹੋਰ ਤਰੀਕੇ ਸੀਗੇ ਆਪਣੀ ਗੱਲ ਰੱਖਣ ਵਾਸਤੇ, ਸਿਰਫ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਾ ਕੇ ਤੇ ਸਿੱਖਾਂ ਦਾ ਹੀ ਐਗਜ਼ਾਮਪਲ ਦੇਣ ਦੀ ਕੀ ਜ਼ਰੂਰਤ ਸੀਗੀ ਰਾਹੁਲ ਗਾਂਧੀ ਨੂੰ? ਵਾਈ ਡਿਡ ਹੀ ਡੂ ਦੈਟ? ਇਹ ਹੋ ਗਈ ਇੱਕ ਗੱਲ।
ਦੂਸਰੀ ਗੱਲ ਆ ਜਾਂਦੀ ਹੈ ਟੈਰਰਿਜ਼ਮ ਦੀ। ਹਰਪ੍ਰੀਤ ਜੀ, ਤੁਸੀਂ ਸਮਝਦੇ ਹੋ ਕਿ ਟੈਰਰਿਜ਼ਮ ਦੇ ਕਈ ਪਹਿਲੂ ਹੁੰਦੇ ਨੇ ਤੇ ਇੱਕ ਸਟੇਟ ਟੈਰਰਿਜ਼ਮ ਵੀ ਹੁੰਦੀ ਹੈ। ਬੇਸਿਕਲੀ ਜਿਹੜਾ ਬੰਦਾ ਤੁਹਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰੇ, ਗੁਰਪਤਵੰਤ ਪੰਨੂ ਨੂੰ ਇਸੇ ਵਾਸਤੇ ਡਿਕਲੇਅਰ ਕੀਤਾ ਹੋਇਆ ਕਿਉਂਕਿ ਉਹ ਇੱਥੋਂ ਦੀਆਂ ਭਾਵਨਾ ਨੂੰ ਮਿਸ ਇਨਫੋਰਮੇਸ਼ਨ ਦੇ ਨਾਲ ਬਹਿਕਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਲੋਕਾਂ ਨੂੰ ਵਾਇਲੈਂਸ ਦੇ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਤੁਸੀਂ ਸਿੱਖ ਕਮਿਊਨਿਟੀ ਨੂੰ ਇਹ ਕਹਿ ਦੋਗੇ ਕਿ ਤੁਹਾਨੂੰ ਗੁਰਦੁਆਰੇ 'ਚ ਕੋਈ ਨਹੀਂ ਜਾਣ ਦੇਗਾ, ਤੁਹਾਨੂੰ ਕੜਾ ਕੋਈ ਨਹੀਂ ਪਾਣ ਦੇਗਾ, ਤੇ ਇਹ ਤੁਸੀਂ ਇੱਕ ਕਮਿਊਨਿਟੀ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਹੋਰ ਕੀ ਕਰ ਰਹੇ ਹੋ? ਇਸ ਤਰੀਕੇ ਦਾ ਭੜਕਾਣਾ ਇਹਨਾਂ ਨੇ 1980s ਦੇ ਵਿੱਚ ਵੀ ਕੀਤਾ ਸੀ, ਜਿਹਦੇ ਕਾਰਨ ਕਿ ਮਿਲੀਟੈਂਸੀ ਐਡੀ ਜ਼ਬਰਦਸਤ ਤਰੀਕੇ ਦੇ ਨਾਲ ਆ ਗਈ ਸੀਗੀ। ਸੋ ਦੇਅਰਫੋਰ ਵਨ ਪਰਸਨ ਫਰੀਡਮ ਫਾਈਟਰ ਇਜ਼ ਦੀ ਅਦਰ ਪਰਸਨ ਟੈਰਰਿਸਟ, ਤੇ ਇਸ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਖਾਸ ਕਰ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਗੁਰਪਤਵੰਤ ਪੰਨੂ ਦੇ ਕੋਲੋਂ ਉਹ ਮਿਲੀ ਹੈ, ਸਪੋਰਟ ਮਿਲੀ ਹੈ, ਉਹਨੂੰ ਦੇਖ ਕੇ ਰਵਨੀਤ ਬਿੱਟੂ ਜੀ ਨੇ ਕੁਛ ਕਹਿਤਾ ਹੋਏਗਾ। ਮੈਂ ਤੁਹਾਨੂੰ ਪਹਿਲੇ ਵੀ ਇਹ ਯਾਦ ਕਰਾਉਣਾ ਚਾਹੁੰਦਾ ਕਿ ਰਵਨੀਤ ਬਿੱਟੂ ਜੀ ਨੇ ਜਦੋਂ ਆਪਣੀ ਕੈਂਪੇਨ ਕਰ ਰਹੇ ਸੀ, ਉਹਨਾਂ ਨੇ ਕਿਹਾ ਸੀਗਾ ਕਿ ਸੋਨੀਆ ਗਾਂਧੀ ਤੇ ਮੇਰੇ ਮਦਰ ਸਮਾਨ ਨੇ ਤੇ ਮੈਂ ਕਾਂਗਰਸ ਪਾਰਟੀ ਦੇ ਖਿਲਾਫ ਕੁਛ ਬੋਲਾਂਗਾ ਨਹੀਂ, ਤੇ ਹੁਣ ਉਹ ਕਿੱਡੇ ਕੁ ਉਕਸਾਏ ਹੋਏ ਨੇ ਇਸ ਪਰਟੀਕੁਲਰ ਬਿਆਨ ਦੇ ਵਾਸਤੇ ਕਿ ਉਹਨਾਂ ਨੇ ਇਸ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰ ਲਈ। ਸੋ ਇਹ ਜਰਮਨ ਸਿੰਘ ਜੀ ਸਵਾਲ, ਇੱਕ ਮਿੰਟ ਹੋਰ ਮੈਨੂੰ ਸਵਾਲ ਕਰਨ ਦਿਓ ਸਰ, ਪਲੀਜ਼ ਮੈਨੂੰ ਹੁਣ ਸਵਾਲ ਕਰ ਲੈਣ ਦਿਓ। ਜਿਹੜੀ ਗੱਲ ਕੋਟਲੇ ਸਾਹਿਬ ਨੇ ਕਹੀ ਨਾ, ਫਾਈਨਲੀ ਮੇਰਾ ਇੱਕ ਪੁਆਇੰਟ ਹੈ, ਇੱਕ ਮਿੰਟ, ਇੱਕ ਸੈਕਿੰਡ ਲੱਗੇਗਾ। ਫਾਈਨਲੀ ਮੈਂ ਇਹ ਕਹਿਣਾ ਕਿ ਬੈਟਰ ਰਹਿੰਦਾ ਕਾਂਗਰਸ ਦੇ ਵਾਸਤੇ ਕਿ ਪਹਿਲੇ ਉਹ ਹਰਪ੍ਰੀਤ ਇਹਦੀ ਪੰਨੂ ਦੀ ਸਟੇਟਮੈਂਟ ਨੂੰ ਦੀ ਨਿੰਦਾ ਕਰਦੇ ਤੇ ਕਹਿੰਦੇ ਕਿ ਸਾਨੂੰ ਬੜਾ ਅਫਸੋਸ ਹੋਇਆ ਕਿ ਸਾਡੀ ਗੱਲ ਨੂੰ ਫੜ ਕੇ ਤੇ ਇੱਕ ਇੰਟਰਨੈਸ਼ਨਲ ਟੈਰਰਿਸਟ ਨੇ ਇਦਾਂ ਕੀਤਾ ਹੈ। ਉਹਦੇ ਬਾਅਦ ਚਿੱਠੀਆਂ ਲਿਖਦੇ ਤੇ ਸ਼ਾਇਦ ਅਸੀਂ ਸਮਝ ਲੈਂਦੇ ਕਿ ਉਹਨਾਂ ਦੇ ਦਿਲ ਦੇ ਵਿੱਚ ਵੀ ਰੋਸ ਹੈਗਾ। ਸਵਾਲ ਸਰ ਇਹ ਹੈ ਨਾ, ਸਵਾਲ ਇਹ ਹੈ ਜਿਹੜੀ ਗੱਲ ਮੈਂ ਸਵਾਲ ਕੋਟਲੀ ਸਾਹਿਬ ਨੂੰ ਵੀ ਕੀਤੀ, ਉਹੀ ਸਵਾਲ ਹੁਣ ਮੈਂ ਤੁਹਾਨੂੰ ਵੀ ਕਰ ਰਿਹਾ ਕਿ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਤਾਂ ਚੰਗੇ ਲੱਗਦੇ ਨੇ ਕਿ ਰਾਹੁਲ ਗਾਂਧੀ ਦਾ ਇਤਿਹਾਸ ਪਾਕ ਸਾਫ਼ ਹੁੰਦਾ ਜਾਂ ਕਾਂਗਰਸ ਪਾਰਟੀ ਦਾ ਇਤਿਹਾਸ ਪਾਕ ਸਾਫ਼ ਹੁੰਦਾ ਘੱਟ ਗਿਣਤੀਆਂ ਦੇ ਲਈ ਜੋ ਕੁਛ ਵੀ ਹੋਇਆ? ਉਹ ਕਹਿੰਦੇ ਨੇ ਕਿ ਉਹਦੇ ਲਈ ਉਹ ਮਾਫ਼ੀ ਵੀ ਮੰਗੀ ਗਈ ਲੋਕ ਸਭਾ ਦੇ ਵਿੱਚ, ਉਹਦੇ 'ਤੇ ਇਹ ਵੀ ਕਿਹਾ ਗਿਆ ਕਿ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਸੇਮ ਹੁਣ ਰਵਨੀਤ ਬਿੱਟੂ ਦੀ ਵੀ ਗੱਲ ਆ ਜਾਂਦੀ ਹੈ, ਉਹ ਕਹਿੰਦੇ ਕਿ ਰਵਨੀਤ ਬਿੱਟੂ, ਇੱਕ ਮਿੰਟ ਸਰ ਸਵਾਲ ਸੁਣ ਲਓ ਨਾ, ਰਵਨੀਤ ਬਿੱਟੂ ਜਾਂ ਉਹਦੇ ਦਾਦਾ ਜੀ ਦਾ ਇਤਿਹਾਸ ਵੀ ਤਾਂ ਇਹਨਾਂ ਚੀਜ਼ਾਂ ਦੇ ਨਾਲ ਹੀ ਜੁੜਿਆ ਹੋਇਆ, ਫਿਰ ਤੁਸੀਂ ਵੀ ਕਹਿੰਦੇ ਕਿਵੇਂ ਚੰਗੇ ਲੱਗਦੇ ਹੋ ਜਿਹੜੇ ਸਾਰੀ ਉਮਰ ਤੁਸੀਂ ਕਾਂਗਰਸ ਦੇ ਵਿੱਚ ਰਹੇ ਤੇ ਅੱਜ ਜੁੰਮਾ ਤੁਸੀਂ ਪਾਰਟੀ ਬਦਲ ਕੇ ਅਲੱਗ ਹੋ ਗਏ ਤੇ ਅੱਜ ਤੁਹਾਨੂੰ ਕਾਂਗਰਸ ਕਾਤਲ ਵੀ ਨਜ਼ਰ ਆਉਣ ਲੱਗ ਗਈ, ਕਾਂਗਰਸ ਦਾ ਇਤਿਹਾਸ ਵੀ ਮਾੜਾ ਨਜ਼ਰ ਆਉਣ ਲੱਗ ਗਿਆ, ਉਸੇ ਕਾਂਗਰਸ ਪਾਰਟੀ ਨੇ ਤੁਹਾਨੂੰ ਸਭ ਕੁਝ ਦਿੱਤਾ ਤੇ ਅੱਜ ਤੁਸੀਂ ਖਿਲਾਫ ਹੋ ਗਏ? ਮਤਲਬ ਇਹ ਤਾਂ ਮੌਕਾ ਪ੍ਰਸਤੀ ਹੋਈ ਨਾ, ਉਦੋਂ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਆਲ ਇਜ਼ ਵੈਲ, ਕੁਛ ਗਲਤ ਨਹੀਂ, ਅੱਜ ਤੁਸੀਂ ਅਲੱਗ ਹੋ ਗਏ ਤਾਂ ਤੁਹਾਨੂੰ ਸਿੱਖਾਂ ਦਾ ਹੇਜ ਆ ਗਿਆ, ਤੁਸੀਂ ਘੱਟ ਗਿਣਤੀ ਦੇ ਹੱਕ ਦੇ ਵਿੱਚ ਖੜਨ ਲੱਗ ਗਏ। ਅਗਰ ਰਵਨੀਤ ਬਿੱਟੂ ਜੀ ਨੇ ਆਪਣੀ ਪਾਰਟੀ ਛੱਡੀ ਹੈ ਤੇ ਕੁਛ ਐਸੀ ਵਜ੍ਹਾਵਾਂ ਹੋਣਗੀਆਂ ਨਾ, ਉਹਦੇ ਵਿੱਚੋਂ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ, ਐਸੇ ਜਿਹੜੇ ਵਿਅਕਤੀਗਤ ਸਵਾਲ ਨੇ ਉਹਨਾਂ ਦਾ ਜਵਾਬ ਤੇ ਸਿਰਫ ਬਿੱਟੂ ਜੀ ਦੇ ਸਕਦੇ ਨੇ ਕਿ ਉਹਨਾਂ ਨੇ ਕਿਉਂ ਛੱਡੀ ਤੇ ਇਹ ਗੱਲ ਉਹਨਾਂ ਦੇ ਵਿੱਚ ਹੈਗੀ ਸੀਗੀ ਕਿ ਨਹੀਂ ਸੀ। ਫਿਰ ਪਾਰਟੀ ਦੇ ਬੁਲਾਰੇ ਤਾਂ ਸਰ ਸਵਾਲ ਚੁੱਕਣਗੇ ਨਾ ਜੀ, ਜਿਵੇਂ ਤੁਸੀਂ ਰਾਹੁਲ ਗਾਂਧੀ ਤੇ ਸਵਾਲ ਚੁੱਕ ਰਹੇ ਹੋ, ਫਿਰ ਅਗਲੇ ਵੀ ਰਵਨੀਤ ਬਿੱਟੂ ਤੇ ਸਵਾਲ ਚੁੱਕਣਗੇ। ਹੁਣ ਜੇ ਮੈਂ ਇਹਨਾਂ ਨੂੰ ਸਵਾਲ ਪੁੱਛਾਂ, ਉਹ ਕਹਿਣਗੇ ਕਿ ਰਾਹੁਲ ਗਾਂਧੀ ਜਵਾਬ ਦੇਗਾ ਇਹਦਾ। ਤੁਹਾਡਾ ਚੈਨਲ ਹਰਪ੍ਰੀਤ ਜੀ ਬੜਾ ਵੱਡਾ ਚੈਨਲ ਹੈ, ਮੈਂ ਇੱਥੇ ਕਿਸੇ ਇੰਡੀਵਿਜੁਅਲ ਦੀ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਰਾਹੁਲ ਗਾਂਧੀ ਜੀ ਨੂੰ ਨਾਂ ਲੈ ਕੇ ਵੀ ਕੁਛ ਨਹੀਂ ਕਿਹਾ, ਉਹਨਾਂ ਦੇ ਮਾਨ ਸਤਿਕਾਰ ਦੇ ਖਿਲਾਫ਼ ਕੁਛ ਨਹੀਂ ਕਿਹਾ, ਮੈਂ ਤੇ ਇੱਕ ਕਨਸੈਪਚੁਅਲ ਗੱਲ ਕਰ ਰਿਹਾ ਕਿਉਂਕਿ ਮੈਂ ਬੁਲਾਰਾ ਵਾਂ ਜੀ। ਕਨਸੈਪਚੁਅਲ ਗੱਲ ਇਹ ਹੈ ਕਿ ਜਿਹੜੇ ਤਰੀਕੇ ਦਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਦੇ ਨਾਲ ਕੁਛ ਐਂਟੀ ਨੈਸ਼ਨਲ ਫੋਰਸਿਸ ਨੂੰ ਇੱਕ ਮੌਕਾ ਮਿਲ ਗਿਆ ਇੰਡੀਆ ਨੂੰ ਅਟੈਕ ਕਰਨ ਵਾਸਤੇ, ਦੂਸਰਾ ਉਹਨਾਂ ਦਾ ਬਿਆਨ ਐਰੋਗੈਂਟ ਸੀਗਾ, ਤੀਸਰਾ ਆਪਣੀ ਫੈਮਿਲੀ ਦਾ ਪਿਛੋਕੜ ਦੇਖ ਕੇ ਜਦੋਂ ਵੀ ਉਹ ਸਿੱਖਾਂ ਦੇ ਬਾਰੇ ਗੱਲ ਕਰਦੇ ਨੇ ਜਾਂ ਪੰਜਾਬ ਦੇ
ਬਾਰੇ ਗੱਲ ਕਰਦੇ ਨੇ ਉਹਨਾਂ ਨੂੰ 10 ਵਾਰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਜਿਹੜੀ ਉਹਨਾਂ ਨੇ ਕੀਤੀ ਨਹੀਂ ਹੈ ਤੇ ਇਹਦੇ ਕਾਰਨ ਬਹੁਤ ਇਨਸਟੇਬਿਲਿਟੀ ਤੇ ਇਨਸਿਕਿਉਰਿਟੀ ਹੈ ਕੰਟਰੀ ਦੇ ਵਿੱਚ ਜਿਹਦੇ ਬਾਰੇ ਕਿ ਗਵਰਨਮੈਂਟ ਨੂੰ ਕੁਛ ਨਾ ਕੁਛ ਕਰਨਾ ਪਏਗਾ ਬਹੁਤ ਬਹੁਤ ਗੰਭੀਰਤਾ ਦੇ ਨਾਲ ਸੋਚਣਾ ਪਏਗਾ ਇਹ ਹੈ ਸਾਡਾ ਪਿਆਰ ਆ ਇੱਕ ਪੁਆਇੰਟ ਲਾਸਟ ਦੇ ਵਿੱਚ ਇਹਨਾਂ ਨੇ ਕਿਹਾ ਇਸ ਤੇ ਚਰਚਾ ਜ਼ਰੂਰ ਮੈਂ ਕੋਟਲੀ ਸਾਹਿਬ ਤੁਹਾਡੇ ਤੋਂ ਵੀ ਰਿਐਕਸ਼ਨ ਲਵਾਂਗਾ ਕਿ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਪਏਗਾ ਜਿਹੜਾ ਰਾਹੁਲ ਗਾਂਧੀ ਬਾਹਰ ਸਟੇਟਮੈਂਟ ਦੇ ਕੇ ਆਏ ਨੇ ਕਿ ਮੁਲਕ ਦੇ ਵਿੱਚ ਹਾਲਾਤ ਉਸ ਸਟੇਟਮੈਂਟ ਤੋਂ ਬਾਅਦ ਖਰਾਬ ਹੋ ਸਕਦੇ ਨੇ ਕਿਉਂਕਿ ਉਸ ਨੂੰ ਇੰਡੋਰਸ ਕਿਹਨੇ ਕੀਤਾ ਗੁਰਪਤਵੰਤ ਪੰਨੂ ਨੇ ਇੱਕ ਮਿੰਟ ਆ ਗਿਆ ਤਾਰਨੀ ਸਾਹਿਬ ਤੋਂ ਫਟਾਫਟ ਇੱਕ ਰਿਐਕਸ਼ਨ ਲਈਏ ਤਾਰਨੀ ਸਾਹਿਬ ਜਿਵੇਂ ਦੋਵੇਂ ਅੱਛਾ ਹੁਣ ਤੁਸੀਂ ਦੇਖੋ ਆਪਸ ਦੇ ਵਿੱਚ ਕੌਣ ਖੈਬੜ ਰਿਹਾ ਇੱਕ ਧੜਾ ਉਹ ਜਿਹਦਾ ਪਿਛੋਕੜ ਇਸ ਗੱਲ 'ਤੇ ਤੁਲਿਆ ਹੋਇਆ ਕਿ ਨਹੀਂ ਤੁਸੀਂ ਸਿੱਖਾਂ ਦੇ ਨਾਲ ਧੱਕਾ ਕੀਤਾ ਦੂਜਾ ਧੜਾ ਉਹ ਜਿਹੜਾ ਇਸ ਨੂੰ ਇਨਕਾਊਂਟਰ ਕਰ ਰਿਹਾ ਉਹਦੇ 'ਤੇ ਵੀ ਉਹੀ ਐਲੀਗੇਸ਼ਨ ਲੱਗਦੇ ਨੇ ਜੋ ਉਹਨਾਂ 'ਤੇ ਲੱਗਦੇ ਨੇ ਫਿਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਘੱਟ ਗਿਣਤੀਆਂ ਦਾ ਹਤੈਸ਼ੀ ਬਣਨ ਦੀ ਦੌੜ ਦੇ ਵਿੱਚ ਕੀ ਤੁਸੀਂ ਘੱਟ ਗਿਣਤੀਆਂ ਨੂੰ ਸਿਆਸਤ ਦਾ ਧੋਰਾ ਤਾਂ ਨਹੀਂ ਬਣਾ ਰਹੇ ਹਰਪ੍ਰੀਤ ਜੀ ਹੈ ਹੀ ਇਹ ਹੈ ਦੇਖੋ ਉਹ ਅਟੈਕ ਕਰਦੇ ਆ ਤਾਂ ਵੀ ਸਿੱਖਾਂ 'ਤੇ ਆ ਦੂਜੇ ਅਟੈਕ ਕਰਦੇ ਆ ਉਹ ਵੀ ਸਿੱਖਾਂ 'ਤੇ ਆ ਕੇਂਦਰ ਬਿੰਦੂ ਕੇਂਦਰੀ ਧੁਰਾ ਅੱਜ ਸਿੱਖ ਬਣ ਕੇ ਰਹਿ ਚੁੱਕੇ ਹੈਗੇ ਆ ਦੇਖੋ ਜਿਹੜਾ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਹੈ ਜੀ ਉਹਦਾ ਬਿਆਨ ਕੀ ਹੈ ਤੁਸੀਂ ਇੱਥੇ ਚਲਾ ਕੇ ਦਿਖਾਇਆ ਜੀ ਕਿ ਅਸੀਂ ਕੜਾ ਪਹਿਨ ਕੇ ਗੁਰਦੁਆਰੇ ਜਾ ਸਕਦੇ ਹਾਂ ਜਾਂ ਨਹੀਂ ਇਸੇ ਤਰ੍ਹਾਂ ਉਹਨੇ ਕਿਹਾ ਕਿਰਪਾਨ ਪਹਿਨ ਕੇ ਗੁਰਦੁਆਰੇ ਜਾ ਸਕਦੇ ਹਾਂ ਜਾਂ ਨਹੀਂ ਜੀ ਇਹ ਗੱਲਾਂ ਉਹਨੇ ਕਹੀਆਂ ਹੈਗੀਆਂ ਇਸ ਗੱਲ ਤੋਂ ਬਾਅਦ ਮੈਂ ਪੁੱਛਦਾ ਹਾਂ ਕਿ ਕੀ ਜਹਾਜ਼ ਦੇ ਵਿੱਚ ਕਿਰਪਾਨ ਪਹਿਨ ਕੇ ਚੜ੍ਹ ਸਕਦੇ ਹਾਂ ਕਿ ਨਹੀਂ ਕੌਨਸਟੀਟਿਊਸ਼ਨ ਦੀ ਜਿਹੜਾ ਅਨੁਛੇਦ 25 ਹੈ ਨਾ ਉਹਦੀ ਪਾਰਟ 1 ਦੇ ਵਿੱਚ ਇਹ ਹੈਗਾ ਸੀ ਕਿ ਸਿੱਖ ਜਿਹੜਾ ਹੈਗਾ ਉਹ ਆਪਣੇ ਪੰਜੇ ਕਕਾਰ ਜਿਹੜਾ ਹੈਗਾ ਪਹਿਨ ਸਕਦਾ ਉਹਨੂੰ ਕਦੇ ਇਸ ਗੱਲ 'ਤੇ ਰੋਕਿਆ ਨਹੀਂ ਜਾ ਸਕਦਾ ਠੀਕ ਹੈ ਹੁਣ ਅਸੀਂ ਜਿਹੜਾ ਹੈਗਾ ਅਸੀਂ ਜਹਾਜ਼ 'ਚ ਰੋਕ ਰਹੇ ਹਾਂ ਅਸੀਂ ਪੜ੍ਹਾਈ ਦੇ ਜਿਹੜੇ ਪੇਪਰ ਦੇ ਰਹੇ ਹਾਂ ਉਹਦੇ 'ਤੇ ਰੋਕ ਰਹੇ ਹੈਗੇ ਹਾਂ ਹੁਣ ਰਹਿ ਗਈ ਰਾਹੁਲ ਗਾਂਧੀ ਜੀ ਦੀ ਗੱਲ ਦੇਖੋ ਕਾਂਗਰਸ ਨੇ ਸਿੱਖ ਸੰਸਥਾਨਾਂ 'ਤੇ ਕਬਜ਼ੇ ਉਹ ਕਰੇ ਅਟੈਕ ਕੀਤੇ ਹਮਲੇ ਕੀਤੇ ਇਹਨਾਂ ਨੇ ਬੀਜੇਪੀ ਨੇ ਸਿੱਖ ਜਿਹੜਾ ਫਲਸਫਾ ਹੈਗਾ ਉਹਦੇ 'ਤੇ ਅਟੈਕ ਕੀਤੇ ਪਿਛਲੇ ਟਾਈਮਾਂ ਦੇ ਵਿੱਚ ਇਹਦੇ 'ਚ ਕੋਈ ਗੱਲ ਮੈਂ ਕਹਿੰਦਾ ਡਾਊਟ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜੀ ਤੁਸੀਂ ਗਿਆਨ ਗੋਦੜੀ ਦੀ ਗੱਲ ਕਰ ਲਓ ਤੁਸੀਂ ਜਿਹੜਾ ਹੈਗਾ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਗੱਲ ਕਰ ਲਓ ਤੁਸੀਂ ਪਿਛਲੇ ਟਾਈਮ ਦੇ ਵਿੱਚ ਜਿਹੜੀ ਬੀਜੇਪੀ ਨੇ ਹਰਿਆਣੇ ਦੇ ਵਿੱਚ ਜਿਹੜੀ ਕਮੇਟੀ ਬਣਾਈ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਹੈ ਉਹਦੇ 'ਤੇ ਗੱਲ ਕਰ ਲਓ ਤੁਸੀਂ ਹਜ਼ੂਰ ਸਾਹਿਬ ਬੋਰਡ 'ਤੇ ਗੱਲ ਕਰ ਲਓ ਤੁਸੀਂ ਪਟਨਾ ਸਾਹਿਬ ਬੋਰਡ 'ਤੇ ਗੱਲ ਕਰ ਲਓ ਅਤੇ ਇਹ ਸਿੱਖ ਫਲਸਫੇ 'ਤੇ ਹਮਲੇ ਹੈ ਜਾਂ ਨਹੀਂ ਹੈਗੇ ਸਿੱਖਾਂ ਦੇ ਮਸਲਿਆਂ ਦੇ ਵਿੱਚ ਦਖਲਦਾਜੀ ਹੈ ਜਾਂ ਨਹੀਂ ਹੈ ਰਾਹੁਲ ਗਾਂਧੀ ਦੀ ਗੱਲ ਨੂੰ ਤੁਸੀਂ ਸਿੰਬੋਲਿਕ ਮੰਨ ਰਹੇ ਹੋ ਕਿ ਉਹਦਾ ਹੋ ਸਕਦਾ ਇਸ਼ਾਰਾ ਇਧਰ ਵੱਲ ਹੋਵੇ ਸਿੰਬੋਲਿਕ ਦੀ ਸੁਣੋ ਅੱਜ ਸਿੰਬੋਲਿਕ ਗੱਲ ਕਰਨ ਦੇ ਨਾਲੇ ਲੱਗੇ ਪਏ ਆ ਨਾ ਸਾਰੇ ਗੱਲਾਂ ਕਰਨ ਮਸਲਾ ਕੀ ਹੈਗਾ ਹਰਿਆਣੇ ਦੀ ਇਲੈਕਸ਼ਨ ਹੈ ਨਾ ਉਹਨੂੰ ਕੋਈ ਤਲਕ ਹੈ ਇਸ ਗੱਲ ਦੇ ਨਾਲ ਨਾ ਬੀਜੇਪੀ ਨੂੰ ਕੋਈ ਤਲਕ ਹੈਗਾ ਬੀਜੇਪੀ ਇਸੇ ਕਰਕੇ ਚਿੜੀ ਫਿਰਦੀ ਹੈਗੀ ਆ ਔਰ ਬਿਲਕੁਲ ਦੇਖੋ ਗੁਰਪਤਵੰਤ ਪੰਨੂ ਦਾ ਬਿਆਨ ਆ ਜਾਂਦਾ ਹੈਗਾ ਮੌਕਾ ਕਿਹਨੇ ਦਿੱਤਾ ਆਪਣੇ ਇਹਨਾਂ ਨੇ ਉਹਨੇ ਕੀ ਬੋਲਿਆ ਜੇ ਬੀਜੇਪੀ ਨੂੰ ਇਹ ਲੱਗਦਾ ਹੈਗਾ ਕਿ ਗੁਰਪਤਵੰਤ ਪੰਨੂ ਜਿਹੜਾ ਹੈਗਾ ਬਹੁਤ ਟੈਰੋਰਿਸਟ ਹੈਗਾ ਉਹਦੇ ਖਿਲਾਫ ਕਾਰਵਾਈ ਕਰਨ ਇਹਨਾਂ ਨੂੰ ਖੁੱਲ੍ਹੀ ਛੁੱਟੀ ਹੈਗੀ ਆ ਔਰ ਦੂਜੇ ਕੰਟਰੀਆਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਬੈਠੇ ਹੈਗੇ ਆ ਜਿਹੜੇ ਆਪਣੇ ਹਿਊਮਨ ਰਾਈਟਸ ਪਿੱਛੇ ਜਿਹੜੇ ਹੈਗੇ ਲੜ ਰਹੇ ਆ ਤੁਸੀਂ ਗੱਲਾਂ ਕਰਕੇ ਦੇਖ ਲਓ ਪਿਛਲੇ ਟਾਈਮਾਂ ਦੇ ਵਿੱਚ ਬੀਜੇਪੀ ਨੇ ਇੱਕ ਹੋਰ ਲਿਹਾਨ ਉਮਰ ਦੇ ਉੱਤੇ ਜਿਹੜੇ ਹੈਗਾ ਉਂਗਲੀਆਂ ਉਠਾਈਆਂ ਉਹ ਕਿ ਜੀ ਪੀਓਕੇ ਦੇ ਵਿੱਚ ਜਾ ਕੇ ਆਈ ਹੈ
ਉਹ ਦੇਖੋ ਉਹ ਇੰਟਰਨੈਸ਼ਨਲ ਤੁਹਾਡੇ ਰਿਲੇਸ਼ਨਸ ਹੈਗੇ ਆ, ਪਾਰਟੀਆਂ ਦੇ ਰਿਲੇਸ਼ਨ ਹੈਗੇ ਆ, ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ। ਤੁਸੀਂ ਤੁਸੀਂ ਰਾਹੁਲ ਗਾਂਧੀ ਦੀ ਸਟੇਟਮੈਂਟ ਨੂੰ ਨਾਲ ਸਹਿਮਤ ਹੋ ਕਿ ਜੋ ਉਹਨੇ ਕਿਹਾ ਠੀਕ ਹੈ? ਮੈਂ ਕਹਿੰਦਾ ਵੀ ਬਿਲਕੁਲ ਨਹੀਂ। ਦੇਖੋ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਕੜਾ ਪਹਿਨ ਕੇ ਜਾਣ ਦੀ ਕੋਈ ਮਨਾਹੀ ਨਹੀਂ ਹੈਗੀ, ਕੋਈ ਕਿਰਪਾਨ ਪਾ ਕੇ ਜਾਣ ਦੀ ਮਨਾਹੀ ਨਹੀਂ ਹੈਗੀ, ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਬਣੇ। ਹਾਂ, ਛਿਟਪੁਟ ਬਾਹਰਲੀਆਂ ਸਟੇਟਾਂ ਦੇ ਵਿੱਚ ਜ਼ਰੂਰ ਜਿਹੜਾ ਹੁੰਦੇ ਰਹਿੰਦੇ ਹੈਗੇ ਆ, ਹੋ ਰਹੇ ਆ। ਪਰ ਦੂਸਰੀ ਗੱਲ ਇਹ ਹੈਗੀ ਆ ਕਿ ਇੱਕ ਬੰਦਾ ਜਿਹੜਾ ਹੈਗਾ ਘੱਟ ਗਿਣਤੀਆਂ ਦੇ ਬਾਰੇ 'ਚ ਬੋਲ ਰਿਹਾ, ਦੂਜਾ ਬੰਦਾ ਉਹਨਾਂ ਨੂੰ ਪ੍ਰੋਟੈਕਟ ਕਰ ਰਿਹਾ। ਬੋਲ ਕੌਣ ਰਹੇ ਹੈਗੇ ਆ? ਬੋਲ ਰਹੇ ਜੀ ਰਾਹੁਲ ਗਾਂਧੀ, ਜਿਨ੍ਹਾਂ ਨੇ ਕਿਹਾ ਕਿ ਇੱਕ ਪੇੜ ਜਦੋਂ ਹਿੱਲਦਾ, ਉਹਨਾਂ ਦੇ ਪਿਓ ਨੇ ਕਿਹਾ ਕਿ ਇੱਕ ਪੇੜ ਜਦੋਂ ਹਿੱਲਦਾ, ਭਾਰੀ ਪੇੜ ਹਿੱਲਦਾ ਤਾਂ ਬਹੁਤ ਸਾਰਾ ਜਿਹੜਾ ਹੈਗਾ, ਉਹਨਾਂ ਨੇ ਸਾਡੇ ਧਾਰਮਿਕ ਉਹਨਾਂ ਜਿਹੜੇ ਸੰਸਥਾਨ ਸੀ ਉਹਨਾਂ ਢਹਿ ਕੀਤਾ। ਮੈਂ ਦੱਸਦਾ ਜੀ ਇੱਕ ਮਿੰਟ ਲਈ, ਹੁਣ ਆ ਜਾਓ ਰਵਨੀਤ ਬਿੱਟੂ। ਰਵਨੀਤ ਬਿੱਟੂ ਜੀ ਆਪਣਾ ਪਿਛੋਕੜ ਤਾਂ ਦੇਖਣ, ਕਿੱਡੀਆਂ ਕਿੱਡੀਆਂ ਬੁੱਕਸ ਆ ਚੁੱਕੀਆਂ ਹੈਗੀਆਂ ਇਹਦੇ ਉੱਤੇ। ਉਹ ਬੁੱਕਸ ਦੇ ਵਿੱਚ ਜੋ ਸਰਦਾਰ ਬੇਅੰਤ ਸਿੰਘ ਬਾਰੇ ਸ਼ਬਦ ਯੂਜ਼ ਕੀਤੇ ਗਏ ਹੈਗੇ ਆ, ਉਹਨਾਂ ਦਾ ਜਵਾਬ ਦੇਣ। ਔਰ ਕੁਛ ਦਿਨ ਪਹਿਲਾਂ ਇਹੀ ਬਿੱਟੂ ਜਿਹੜਾ ਹੈਗਾ ਰਾਜਵਾਣਾ ਸਾਹਿਬ ਦੇ ਉੱਤੇ ਕੀ ਬੋਲਦਾ ਸੀ, ਉਹਨੂੰ ਅੱਤਵਾਦੀ ਦੱਸਦਾ ਸੀ। ਅੱਜ ਜਿਹੜਾ ਹੈਗਾ ਜਿਹੜੇ ਬੰਦੀ ਸਿੱਖ ਅੰਦਰ ਬੈਠੇ ਹੈਗੇ ਆ, ਉਹਨਾਂ ਦੇ ਉੱਤੇ ਕੀ ਕੁਛ ਬੋਲਦੇ ਸੀ ਇਹ? ਮੈਂ ਇੱਕ ਸੈਕਿੰਡ ਜੀ, ਬਸ ਇਹਨਾਂ ਨੇ ਜਿਹੜਾ ਹੈਗਾ ਇੱਕ ਡਰਾਮਾ ਫੜਿਆ ਵਾ ਹੈਗਾ ਜੀ। ਉਹ ਬੋਲਦਾ, ਉਹ ਬੋਲਦਾ, ਉਹ ਬੋਲਦਾ। ਸਵਾਲ ਇਹ ਹੈਗਾ ਜੀ, ਅੱਜ ਘੇਰੇ ਦੇ ਵਿੱਚ, ਕੇਂਦਰ ਦੇ ਵਿੱਚ ਸਿੱਖ ਜਿਹੜੇ ਹੈਗੇ ਆ ਉਸ ਉਹਦੇ ਵਿੱਚ ਆਏ ਵੇ ਹੈਗੇ ਆ। ਇੰਦਰਪਾਲ ਸਿੰਘ ਜੀ, ਇੰਦਰਪਾਲ ਸਿੰਘ ਜੀ, ਕਹਾਣੀ ਜਿੱਥੋਂ ਵੀ ਸ਼ੁਰੂ ਹੁੰਦੀ ਆ, ਪਰ ਤੁਸੀਂ ਦੇਖੋ ਸੈਂਟਰ ਦਾ ਪੁਆਇੰਟ ਕੀ ਰਿਹਾ? ਸਿੱਖ ਜਿਹੜੇ ਬਾਹਰ ਰਹਿੰਦੇ ਨੇ ਸਿੱਖ, ਉਹ ਵੀ ਜਿਹੜੇ ਇੱਥੇ ਰਹਿੰਦੇ ਨੇ ਸਿੱਖ। ਬਾਹਰਲੇ ਸਿੱਖਾਂ ਦੇ ਵਿੱਚ ਇਹ ਗੱਲ ਘਰ ਕਰਾਉਣ ਦੇ ਲਈ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਰਹਿੰਦਾ ਉਹ ਸੁਰੱਖਿਅਤ ਨਹੀਂ ਹੈ, ਔਰ ਇੱਥੋਂ ਦੀ ਸਰਕਾਰ ਦਾ ਪੂਰਾ ਜ਼ੋਰ ਇਹ ਲੱਗਿਆ ਹੋਇਆ ਇਹ ਦੱਸਣ ਦੇ ਲਈ ਕਿ ਨਹੀਂ, ਇੱਥੇ ਸਿੱਖ ਭਾਈਚਾਰਾ ਸਣੇ ਜਿੰਨੀਆਂ ਵੀ ਘੱਟ ਗਿਣਤੀਆਂ ਨੇ ਉਹ ਪੂਰੀ ਤਰ੍ਹਾਂ ਸੇਫ ਨੇ। ਦੋਵਾਂ ਪਾਰਟੀਆਂ ਦੇ ਜਿਹੜੇ ਵੀ ਆਗੂ ਇੱਕ ਦੂਜੇ ਦੇ ਨਾਲ ਇਲਜ਼ਾਮਬਾਜ਼ੀ ਕਰ ਰਹੇ ਨੇ ਜਾਂ ਫਿਰ ਪਰਚੇ ਦਰਜ ਕਰਨ ਦੀ ਗੱਲ ਕਰ ਰਹੇ ਨੇ, ਤਾਂ ਸੈਂਟਰ ਜਿਹੜਾ ਉਹ ਸਿੱਖ ਹੀ ਹੈਗਾ। ਇਹਦੇ ਨਾਲ ਤੁਹਾਨੂੰ ਲੱਗਦਾ ਕਿ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਕੋਈ ਫਰਕ ਪਏਗਾ, ਜਾਂ ਉਹਨਾਂ ਦੇ ਇੱਥੇ ਸੁਰੱਖਿਆ ਦੇ ਵਿੱਚ ਕੋਈ ਫਰਕ ਪਏਗਾ, ਜਾਂ ਤੁਹਾਨੂੰ ਲੱਗਦਾ ਕਿ ਬਿਲਕੁਲ ਠੀਕ ਹੈ ਜੀ, ਘੱਟੋ ਘੱਟ ਚਰਚਾ ਤਾਂ ਤੁਰੀ ਇੱਥੋਂ? ਸਰਪ੍ਰੀਤ ਸਿੰਘ ਜੀ, ਉਰਦੂ ਦੇ ਇੱਕ ਸ਼ਾਇਰ ਦਾ ਬੜਾ ਮੈਨੂੰ ਸ਼ੇਅਰ ਯਾਦ ਆ ਗਿਆ, ਹਾਂ, ਕਿ ਦੀਵਾਰ ਕਿਆ ਗਿਰੀ ਮੇਰੇ ਖਸਤਾ ਮਕਾਨ ਕੀ, ਲੋਗੋਂ ਨੇ ਮੇਰੇ ਸਹਿਨ ਪੇ ਰਾਸਤੇ ਬਣਾ ਲਈ। ਕਿਆ ਬਾਤ, ਕਿਆ ਬਾਤ। ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਿੱਖ ਸ਼ਕਤੀ ਜਿਹੜੀ ਹੈ ਇਹ ਰਾਜਸੀ ਤੌਰ 'ਤੇ ਅੱਜ ਕਮਜ਼ੋਰ ਹੋਈ ਹੈ। ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਅਸੀਂ ਸਿੱਖ ਸ਼ਕਤੀ ਦਾ ਜਿਹੜਾ ਰਾਜਸੀ ਅਲੰਬਰਦਾਰ ਅਸੀਂ ਸਮਝਦੇ ਹਾਂ, ਉਹਦੇ ਕਮਜ਼ੋਰ ਹੋਣ ਨਾਲ ਇਹ ਜਿਹੜੀਆਂ ਹਰ ਇੱਕ ਨੂੰ ਆਪਣੇ ਆਪ ਨੂੰ ਮਤਲਬ ਕਿ ਸਾਡੇ 'ਤੇ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਮਿਲ ਗਿਆ ਜਾਂ ਜ਼ਬਰਦਸਤੀ ਉਹਨਾਂ ਨੇ ਲੈ ਲਿਆ। ਕੋਈ ਇੱਕੋ ਹੀ ਪਾਰਟੀ ਦੇ ਦੋ ਬੰਦੇ, ਇੱਕ ਸੰਤ ਜਰਨੈਲ ਸਿੰਘ ਨੂੰ ਅੱਤਵਾਦੀ ਕਹਿ ਰਿਹਾ, ਦੂਜਾ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿ ਰਿਹਾ, ਦੋਨੋਂ ਇੱਕੋ ਪਾਰਟੀ ਦੇ ਬੰਦੇ ਹੈ। ਸਮਝ ਨਹੀਂ ਆ ਰਹੀ ਵੀ ਇਹ ਹੁਣ ਇਹਦੇ 'ਚ ਕਿਹਨੂੰ ਸੱਚ ਮੰਨੀਏ ਅਤੇ ਕਿਹਨੂੰ ਝੂਠ ਮੰਨੀਏ। ਦੁੱਖ ਇਸ ਗੱਲ ਦਾ ਹੈ, ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਉਭਾਰਨੀ ਚਾਹੁੰਦਾ ਜੀ, ਕਿ ਵਕਤੀ ਹੁੰਦਾ ਦੌਰ, ਸਿੱਖ ਮਿਸਲਾਂ ਵੇਲੇ ਵੀ ਸਿੱਖ ਰਾਜਸੀ ਸ਼ਕਤੀ ਖਿੰਡੀ ਪੁੰਡੀ ਪਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ
ਉਹਨੂੰ ਸੰਗਠਿਤ ਕੀਤਾ ਸੀ, ਉਹ ਖਿੰਡ ਪੁੰਡ ਗਈ ਸੀ ਜੀ। ਪਰੰਤੂ ਇੱਕ ਸਾਡੇ ਕੋਲ ਜਿਹੜਾ ਕੇਂਦਰੀ ਧੁਰਾ ਉਹ ਨਹੀਂ ਭੁੱਲਣਾ ਚਾਹੀਦਾ ਦੁਨੀਆਂ ਨੂੰ, ਦੁਨੀਆਂ ਦੇ ਕਿਸੇ ਵੀ ਬਸ਼ਰ ਨੂੰ ਨਹੀਂ ਭੁੱਲਣਾ ਚਾਹੀਦਾ, ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਭੁੱਲਣਾ ਚਾਹੀਦਾ। ਉਹ ਸਾਡੇ ਸਿਰਫ ਤੇ ਸਿਰਫ ਸਿੱਖ ਕੌਮ ਦੇ ਕੋਲ ਇੱਕ ਅਜਿਹਾ ਧੁਰਾ ਹੈਗਾ ਜਿੱਥੇ ਆ ਕੇ ਸਾਡੇ ਸਾਰੇ ਜਿਹੜੇ ਮਤਭੇਦ ਹੈ ਉਹ ਖਤਮ ਹੋ ਜਾਂਦੇ ਆ, ਉਹ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ। ਬਿਲਕੁਲ ਠੀਕ। ਸਿੱਖ ਮਿਸਲਾਂ ਵੇਲੇ ਵੀ ਇਹ ਜਿਹੜਾ ਰਾਸੀ ਸ਼ਕਤੀ ਕਮਜ਼ੋਰ ਹੋਈ ਸੀ, ਉਦੋਂ ਵੀ ਜਦੋਂ ਪਰ ਜਿਹੜੇ ਮਿਸਲਾਂ ਦੇ ਸਰਦਾਰ ਸੀਗੇ ਉਹ ਜਦੋਂ ਵਿਸਾਖੀ ਤੇ ਦੀਵਾਲੀ ਤੇ ਸਰਬੱਤ ਖਾਲਸਾ ਤੇ ਆਉਂਦੇ ਸੀ ਤੇ ਆਪਣੇ ਅਸ਼ਤਰ ਬਸਤਰ ਸ਼ਸਤਰ ਬਾਹਰ ਰੱਖ ਕੇ ਇੱਕ ਆਮ ਸਿੱਖ ਦੀ ਤਰ੍ਹਾਂ ਤੇ ਉੱਥੇ ਬੈਠ ਕੇ ਜੋ ਗੁਰਮਤਾ ਕਰਦੇ ਸੀ ਉਹਦੇ ਤੇ ਅਮਲ ਹੁੰਦਾ ਸੀ। ਅੱਜ ਵੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸ਼ਕਤੀ ਨੂੰ ਇਕੱਠੇ ਕੀਤਾ ਤੇ 50 ਸਾਲ ਉਹ ਜਿਹੜਾ ਰਾਜ ਇੱਕ ਬੈਸਟ ਗਵਰਨੈਂਸ, ਉਹਨੂੰ ਅੱਜ ਵੀ ਦੁਨੀਆਂ ਦੇ ਵੱਖ ਵੱਖ ਸਰਵਿਆਂ 'ਚ ਬੈਸਟ ਗਵਰਨੈਂਸ ਮੰਨਿਆ ਗਿਆ। ਜਿਹੜੇ ਸਿੱਖ ਜਰਨੈਲ ਸਾਹ ਹਰੀ ਸਿੰਘ ਨਲੂਆ ਨੂੰ ਇਹ ਜੋ ਬੈਸਟ ਜਰਨਲ ਜਿਹੜਾ ਮੰਨਿਆ ਗਿਆ, ਉਹ ਜਿਹੜੀ 50 ਸਾਲ ਦਾ ਸਿੱਖ ਰਾਜ ਸੀ ਜਿਹਨੂੰ ਇੱਕ ਗੈਰ ਸਿੱਖ ਸ਼ਾਹ ਮੁਹੰਮਦ ਕਹਿੰਦਾ ਕਿ ਸ਼ਾਹ ਮੁਹੰਮਦ ਦਾ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ, ਉਸ ਰਾਜ ਦੀ ਜਿਹੜੀ ਜਾਣ ਤੋਂ ਬਾਅਦ 1849 ਤੋਂ ਬਾਅਦ ਅੱਜ ਤੱਕ ਲੈ ਕੇ ਉਹੀ ਚਾਲਾਂ ਚੱਲੀਆਂ ਜਾ ਰਹੀਆਂ, ਉਹੀ ਚੱਲੀਆਂ ਜਾ ਰਹੀਆਂ। ਪਰ ਮੈਂ ਇੱਕ ਗੱਲ ਕਹਿ ਰਿਹਾ, ਉਹਦੇ ਲਈ ਅਲੱਗ ਅਲੱਗ ਜਿਹੜੀ ਸਟੇਟ ਪਾਲਿਸੀ ਹੈ ਉਹਦੇ ਤਹਿਤ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਦੇਣ ਦਾ ਜਿਹੜਾ ਇਹ ਇੱਕ ਦੌਰ ਚੱਲਿਆ, 1959 'ਚ ਆ ਕੇ ਉਹਨੂੰ ਥੋੜ੍ਹਾ ਜਿਹਾ ਕੌਮਾ ਲੱਗਿਆ, ਠਹਿਰਾਓ ਮਿਲਿਆ, ਖਤਮ ਨਹੀਂ ਹੋਇਆ ਕਿ ਜਦੋਂ ਮਾਸਟਰ ਤਾਰਾ ਸਿੰਘ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੈਕਟ ਹੋਇਆ ਕਿ ਅੱਜ ਤੋਂ ਬਾਅਦ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਸਰਕਾਰ ਦਖਲ ਅੰਦਾਜ਼ੀ ਨਹੀਂ ਕਰੇਗੀ, ਸਿੱਖਾਂ ਦੇ ਧਾਰਮਿਕ ਮਸਲਿਆਂ ਦਾ ਜਿਹੜਾ ਗੱਲ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਕੋਈ ਵੀ ਸੋਧ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦਾ 2/3 ਬਹੁਮਤ ਜ਼ਰੂਰੀ ਹੈ। ਇਹ ਸਾਰੀਆਂ ਗੱਲਾਂ ਉਦੋਂ ਹੋਈਆਂ, ਪਰ ਅੱਜ ਜਿਹੜਾ ਫਿਰ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਮਜ਼ੋਰ ਕਰਨ ਦੇ ਆ, ਉਹਨੂੰ ਹੀ ਤੋੜਨ ਦੀਆਂ ਚਾਲਾਂ ਚੱਲ ਕੇ ਤਾਂ ਕਿ ਜਿਹੜਾ ਇਹਨਾਂ ਕੋਲ ਇੱਕ ਧਾਰਮਿਕ ਸ਼ਕਤੀ ਦਾ ਹੈਗਾ ਉਹਨੂੰ ਖਤਮ ਹੋਵੇ। ਪਰ ਮੈਂ ਇੱਕ ਗੱਲ ਵੀ ਜੀ ਮੈਂ ਫਿਰ ਇੱਥੇ ਦ੍ਰਿੜ ਕਰਾਉਣਾ ਕਿ ਜਦੋਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਕੁੰਡਾ ਸਿੱਖਾਂ 'ਤੇ ਕਾਇਮ ਹੈ, ਮੈਂ ਸਮਝਦਾ ਕਿਸੇ ਨੂੰ ਵੀ ਇਸ ਮੌਜੂਦਾ ਸਥਿਤੀ ਦਾ ਲਾਭ ਨਹੀਂ ਉਠਾਉਣਾ ਚਾਹੀਦਾ ਤੇ ਬਿਨਾਂ ਮਤਲਬ ਤੋਂ ਬਿਆਨਬਾਜ਼ੀ ਕਰਨ। ਇੱਕ ਛੋਟਾ ਜਿਹਾ ਸਵਾਲ ਇਹ ਹੈ, ਜਿਹੜਾ ਰਾਹੁਲ ਗਾਂਧੀ ਹੋਰਾਂ ਨੇ ਬਿਆਨ ਦਿੱਤਾ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਅਸਰ ਕੀ ਪਏਗਾ, ਫਰਕ ਕੀ ਪਏਗਾ? ਕਿਉਂਕਿ ਬੀਜੇਪੀ ਇਸ ਗੱਲ 'ਤੇ ਪੂਰਾ ਜ਼ੋਰ ਦੇ ਰਹੀ ਹੈ ਕਿ ਜਿਹੜਾ ਉਹ ਬਿਆਨ ਦਿੱਤਾ ਗਿਆ ਉਹ ਸਿੱਖ ਸ਼ਕਤੀ ਨੂੰ ਵੀ ਘੱਟ ਕਰੇਗਾ, ਸਿੱਖਾਂ ਦੀ ਆਈਡੈਂਟੀ 'ਤੇ ਵੀ ਸਵਾਲ ਆਏਗਾ, ਸਿੱਖਾਂ ਦੀ ਬਾਹਰ ਜਿਹੜੀ ਵਸੋਂ ਹੈਗੀ ਹੈ ਉਹਦੇ 'ਤੇ ਵੀ ਫਰਕ ਪਏਗਾ। ਤੁਸੀਂ ਮੰਨਦੇ ਹੋ ਕਿ ਇਹਦੇ ਨਾਲ ਕੋਈ ਫਰਕ ਪਏਗਾ? ਮੈਂ ਦੇਖੋ ਮੈਂ ਸੁਣਦਾ ਵੀ ਇੱਦਾਂ ਦੇ ਬਿਆਨ ਰਾਜਨੀਤਿਕ ਜਿਹੜੇ ਨੇਤਾ ਉਹ ਅਕਸਰ ਆਪਣੀ ਰਾਜਨੀਤਿਕ ਲਾਹ ਲੈਣ ਲਈ ਦਿੰਦੇ ਰਹਿੰਦੇ ਆ, ਉਹਨਾਂ ਰਾਜਨੀਤੀ ਕਰਨੀ ਹੁੰਦੀ ਹੈ। ਪਰ ਮੈਂ ਸਮਝਦਾ ਵੀ ਜਿਹੜਾ ਇਹ ਬਿਆਨ ਹੈ ਇਹ ਦੇ ਕੇ ਜਿਹਦਾ ਜਿੰਨਾ ਲੋੜੋਂ ਵੱਧ ਰਿਐਕਸ਼ਨ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਉਹਦੇ ਨਾਲ ਸਿੱਖ ਸ਼ਕਤੀ ਨੂੰ ਜਿਹੜੀ ਹੈ ਉਹਦਾ ਸਿੱਖ ਸਿਧਾਂਤਾਂ ਨੂੰ ਜਾਂ ਉਹਨੂੰ ਖੋਰਾ ਲੱਗ ਰਿਹਾ, ਸ਼ਾਇਦ ਰਾਹੁਲ ਗਾਂਧੀ ਦੇ ਬਿਆਨਾਂ ਨਾਲ ਦਾ ਇੰਨਾ ਅਸਰ ਨਾ ਹੁੰਦਾ। ਕਿਉਂਕਿ ਧਾਰਨੀ ਸਾਹਿਬ ਵੀ ਹੁਣੇ ਕਹਿ ਰਹੇ ਸੀ ਇੱਕਾ ਦੁੱਕਾ ਘਟਨਾਵਾਂ ਜ਼ਰੂਰ ਹੁੰਦੀਆਂ, ਅਸੀਂ ਵੀ ਜਹਾਜ਼ਾਂ ਸਫ਼ਰ ਕਰਦੇ ਹਾਂ, ਸਾਨੂੰ ਵੀ ਕਿਤੇ ਨਹੀਂ ਰੋਕਿਆ ਜਾਂਦਾ, ਕਿਰਪਾਨ ਅਸੀਂ ਪਾਈ ਹੋਈ ਹੈ, ਅੰਮ੍ਰਿਤ ਛਕਿਆ, ਤੇ ਜਿੱਥੇ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਗਈ ਹੈ ਸੁਰੱਖਿਆ ਦਸਤਿਆਂ ਨੂੰ ਉਹ ਬੜੇ ਸਤਿਕਾਰ ਨਾਲ ਕਿਰਪਾਨ ਨੂੰ ਹੱਥ ਲਾਉਣ ਤੋਂ ਪਹਿਲਾਂ ਵੀ ਆਗਿਆ ਲੈਂਦੇ ਆ। ਜਦੋਂ ਉਹ
ਦਸਤਾਰ ਦੇ ਉੱਤੋਂ ਉਹਨਾਂ ਨੇ ਮੈਟਲ ਡਿਟੈਕਟਰ ਘੁਮਾਉਣਾ ਹੁੰਦਾ ਤਾਂ ਵੀ ਉਹ ਆਗਿਆ ਲੈਂਦੇ ਆ ਕਿ ਤੁਹਾਡੀ ਪੱਗ ਦੇ ਉੱਤੋਂ ਅਸੀਂ ਘੁਮਾ ਸਕਦੇ ਹਾਂ। ਮੈਂ ਸਮਝਦਾ ਵੀ ਜਿੱਥੇ ਵੀ ਇੱਕਾ ਤੁੱਕਾ ਘਟਨਾਵਾਂ ਹੁੰਦੀਆਂ ਉੱਥੇ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਘਾਟ ਹੁੰਦੀ ਹੈ। ਇਹਦੇ ਲਈ ਕਈ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਉਹ, ਪਰ ਇਹ ਮੰਨ ਕੇ ਚੱਲ ਪਓ ਕਿ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ, ਠੀਕ ਹੈ, ਜਿਸ ਤਰੀਕੇ ਦਾ ਨਾਲ ਬੀਜੇਪੀ ਦੇ ਵੱਖ ਵੱਖ ਲੀਡਰਾਂ ਵੱਲੋਂ ਭੜਕਾਊ ਬਿਆਨ ਕਿਸਾਨਾਂ ਦੇ, ਸਿੱਖਾਂ ਦੇ, ਜਾਂ ਜੋ ਵੀ ਬਿਨਾਂ ਵਜ੍ਹਾ ਸਮ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਬਿਆਨ ਦਿੱਤੇ ਜਾ ਰਹੇ ਹਨ, ਉਹਦੇ ਨਾਲ ਕੁੜੱਤਣ ਜ਼ਰੂਰ ਪੈਦਾ ਜ਼ਰੂਰ ਪੈਦਾ ਹੋਏਗੀ। ਚਲੋ ਆ ਗਏ ਜੀ ਕੋਟਲੀ ਸਾਹਿਬ ਤੋਂ ਲੈਂਦੇ ਹਾਂ ਸਵਾਲ ਦਾ ਜਵਾਬ। ਕੋਟਲੀ ਸਾਹਿਬ, ਸਵਾਲ ਬੜਾ ਇੰਪੋਰਟੈਂਟ ਹੈਗਾ। ਸਵਾਲ ਇਹ ਹੈ ਕਿ ਕਹਿੰਦੇ ਕਿ ਤੁਸੀਂ ਮੌਕਾ ਦਿੱਤਾ, ਰਾਹੁਲ ਗਾਂਧੀ ਨੇ ਮੌਕਾ ਦਿੱਤਾ ਉਹਨਾਂ ਤਾਕਤਾਂ ਨੂੰ ਜਿਹੜੀਆਂ ਤਾਕਤਾਂ ਨੇ ਇਨਡਾਇਰੈਕਟ ਤਰੀਕੇ ਨਾਲ ਯੂਜ਼ ਕੀਤਾ ਉਸ ਬਿਆਨ ਨੂੰ, ਕਿ ਦੇਖੋ ਪਹਿਲਾਂ ਅਸੀਂ ਕਹਿੰਦੇ ਸੀ ਨਾ ਕਿ ਘੱਟ ਗਿਣਤੀਆਂ ਪੰਜਾਬ ਦੇ ਵਿੱਚ ਸੇਫ ਨਹੀਂ ਜਾਂ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਹੈ। ਅੱਜ ਉੱਥੋਂ ਦਾ ਇੱਕ ਬਹੁਤ ਵੱਡਾ ਲੀਡਰ, ਮੁਲਕ ਦੀ ਸਭ ਤੋਂ ਪੁਰਾਣੀ ਦਾ ਵੱਡਾ ਲੀਡਰ ਹੈ ਜਿਹੜਾ, ਉਹ ਖੁਦ ਇੰਡੋਰਸ ਕਰ ਰਿਹਾ, ਖੁਦ ਇਹ ਮੰਨ ਰਿਹਾ ਕਿ ਹਾਂ ਮੁਲਕ ਦੇ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹੈ। ਉਹ ਇਸ ਗੱਲ 'ਤੇ ਵਾਰ ਵਾਰ ਬੀਜੇਪੀ ਇਤਰਾਜ਼ ਕਰ ਰਹੀ ਹੈ ਕਿ ਜੋ ਭਾਸ਼ਾ ਅੱਤਵਾਦੀ ਬੋਲਦੇ ਨੇ ਉਹੀ ਭਾਸ਼ਾ ਰਾਹੁਲ ਗਾਂਧੀ ਬੋਲ ਰਹੇ ਨੇ, ਇਸ ਕਰਕੇ ਉਹ ਕਹਿੰਦੇ ਨੇ ਕਿ ਜੋ ਬਿਆਨ ਰਵਨੀਤ ਬਿੱਟੂ ਨੂੰ ਦਿੱਤਾ ਉਹ ਬਿਲਕੁਲ ਠੀਕ ਦਿੱਤਾ। ਦੇਖੋ ਹਰਪ੍ਰੀਤ ਜੀ, ਮੈਂ ਧਾਰਨੀ ਸਾਹਿਬ ਨੂੰ ਸੁਣ ਰਿਹਾ ਸੀਗਾ, ਜੈਵੰਸ਼ ਜੀ ਉਹਨਾਂ ਨੂੰ ਸੁਣ ਰਿਹਾ ਸੀਗਾ। ਜੀ ਜੀ, ਬਹੁਤ ਅੱਛੀ ਡਿਬੇਟ ਹੋ ਰਹੀ ਹੈ ਜੀ। ਮੈਂ ਵੈਸੇ ਇਹਦੇ ਲਈ ਤੁਹਾਡਾ ਧੰਨਵਾਦ ਕਰਦਾ ਜੀ। ਵਿਚਾਰਧਾਰਕ ਹੋਣੀ ਚਾਹੀਦੀ ਜੀ ਜੀ, ਔਰ ਵਿਚਾਰਧਾਰਾ ਦੇ ਅਨੁਸਾਰ ਧਾਰਨੀ ਜੀ ਨੇ ਇਹ ਗੱਲ ਨੂੰ ਮੰਨਿਆ ਔਰ ਸਾਬਤ ਵੀ ਕੀਤਾ ਕਿ ਪੰਜਾਬ ਦੇ ਨਹੀਂ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਅੰਦਰ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਤਾਂ ਆ ਰਹੀਆਂ ਨੇ। ਠੀਕ ਹੈ, ਜੋ ਸਾਡੇ ਐਕਸਪਰਟਸ ਬੈਠੇ ਨੇ ਉਹਨਾਂ ਨੇ ਵੀ ਹੁਣ ਆਪਣੀ ਚਰਚਾ ਕੀਤੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਦਖਲ ਅੰਦਾਜ਼ੀ ਜਿਹੜੀ ਆ ਉਹਦੇ ਕਾਰਨ ਉਸ ਧਰਮ ਨੂੰ ਕਿਤੇ ਨਾ ਕਿਤੇ ਪੀੜਾ ਹੁੰਦੀ ਹੈ। ਮੈਂ ਜੋ ਕਹਿਣਾ ਚਾਹਨਾ ਕਿ ਅਗਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜੇ ਦੇਸ਼ ਦੇ ਅੰਦਰ ਘੱਟ ਗਿਣਤੀਆਂ ਦੇ ਲਈ ਜਾਂ ਸਾਡੇ ਸਿੱਖ ਧਰਮ ਪ੍ਰਤੀ, ਮੈਂ ਇੱਕ ਗੱਲ ਬਿਲਕੁਲ ਸਪਸ਼ਟ ਕਰਨੀ ਚਾਹੁੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਧਾਰਨੀ ਵਿਅਕਤੀ ਹਾਂ ਜੀ। ਪਰਿਵਾਰ ਤੇ ਸਮਾਜ ਦੇ ਅੰਦਰ ਅਸੀਂ ਹਮੇਸ਼ਾ ਉਸ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਹੈ। ਅਸੀਂ ਉਸ ਪ੍ਰਥਾ ਦੇ ਵਿੱਚੋਂ ਉੱਭਰ ਕੇ ਇਹਦੀ ਸਿੱਖ ਸਿਧਾਂਤਾਂ ਦੇ ਨਾਲ ਜੁੜੇ ਸੀ, ਕਿਉਂਕਿ ਦੁਨੀਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਵਰਗੀ ਮਿਸਾਲ ਦੁਨੀਆਂ ਦੇ ਅੰਦਰ ਕਿਤੇ ਨਹੀਂ ਮਿਲ ਸਕੀ। ਸਿੱਖ ਧਰਮ ਦੇ ਅੰਦਰ ਜਜ਼ਬਾਤੀ ਭਰਿਆ ਕੁਰਬਾਨੀਆਂ ਦਾ ਉਹ ਦੌਰ ਤੇ ਇਤਿਹਾਸ ਕੋਈ ਦੁਨੀਆ ਕਦੇ ਭੁੱਲ ਨਹੀਂ ਸਕਦੀ। ਹਰਪ੍ਰੀਤ ਜੀ, ਮੇਰਾ ਇੱਕ ਸਵਾਲ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ, ਇਹਦਾ ਮਤਲਬ ਜੇ ਅਤੀਤ ਦੇ ਅੰਦਰ ਬਹੁਤ ਕੁਝ ਹੋਇਆ, ਅੱਜ ਕੋਈ ਵਿਅਕਤੀ ਉਸ ਧਰਮ ਪ੍ਰਤੀ ਆਪਣੀ ਸ਼ਰਧਾ ਰੱਖ ਰਿਹਾ, ਇਹਦਾ ਮਤਲਬ ਫਿਰ ਅਸੀਂ ਕਿਤੇ ਸ਼ਰਧਾ ਦਾ ਇਜ਼ਹਾਰ ਵੀ ਨਹੀਂ ਕਰ ਸਕਦੇ। ਜੇ ਅਤੀਤ ਦੇ ਅੰਦਰ ਬਹੁਤ ਕੁਝ ਹੋਇਆ, ਅਸੀਂ ਉਹਨੂੰ ਛੱਡ ਕੇ ਅਸੀਂ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਦੇਸ਼ ਤੇ ਧਰਮ ਦੀ ਖਾਤਰ ਕਿਤੇ ਅੱਗਣਾ ਅੱਗੇ ਵਧਣਾ ਚਾਹੁੰਦੇ ਹਾਂ, ਤਾਂ ਧਰਮ ਮੇਰੇ ਖਿਆਲ ਹਰਪ੍ਰੀਤ ਜੀ ਫਿਰ ਅਸੀਂ ਉਹਦੇ ਲਈ ਤਾਂ ਕਦੇ ਫਿਰ ਕਦੇ ਗੱਲ ਹੀ ਨਹੀਂ ਕਰ ਸਕਦੇ। ਨਹੀਂ, ਪਰ ਉਹ ਕਹਿੰਦੇ ਇਲਜ਼ਾਮ ਤਾਂ ਕੋਟਲੀ ਸਾਹਿਬ ਇਹ ਹੈ ਨਾ ਕਿ ਉਹ ਮੰਨੋ ਤੁਸੀਂ ਸ਼ਰਧਾ ਭਾਵਨਾ ਤੁਹਾਡੀ ਹੋਵੇ ਪਰ ਸਿਆਸਤ ਲਈ ਨਾ ਹੋਵੇ ਨਾ, ਸਿਆਸੀ ਲਾਹੇ ਲਈ ਨਾ ਹੋਵੇ। ਮੈਂ ਤਾਂ ਕਿਹਾ ਕਿ ਜਿਹੜੇ ਕੋਈ ਦਖਲ ਅੰਦਾਜ਼ੀ, ਜਿਸ ਤਰ੍ਹਾਂ ਸਾਡੇ ਐਕਸਪਰਟਸ ਬੈਠੇ ਨੇ ਉਹਨਾਂ ਨੇ ਕਿਹਾ, ਕਿਸੇ ਵੀ ਧਰਮ ਦੇ ਅੰਦਰ ਨਿੱਜੀ ਤੌਰ ਦੇ ਉੱਤੇ ਉਹਦੇ ਅੰਦਰ ਕੋਈ ਇੰਟਰਫੀਰੈਂਸ, ਜਿਸ ਤਰ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਰਵਉੱਚ ਸਥਾਨ ਹੈ, ਅਕਾਲ ਤਖ਼ਤ ਸਾਹਿਬ ਹੈ, ਲੇਕਿਨ ਆਪਾਂ ਨੂੰ ਇਹ ਵੀ ਮੰਨਣਾ ਪਏਗਾ ਕਿ ਜਿਹੜੀ ਗੱਲ ਧਾਰਨੀ ਸਾਹਿਬ ਨੇ ਵੀ ਕਹੀ, ਐਕਸਪਰਟ ਜੀ ਨੇ ਵੀ ਕਹੀ ਹੈ ਵੀ ਕਿਤੇ ਨਾ ਕਿਤੇ ਖੜੋਤ ਆਈ ਹੈ। ਅਗਰ ਉਹ ਗੱਲਾਂ ਨੂੰ ਕਿਤੇ ਸੁਧਾਰ ਲਿਆ ਜਾਵੇ ਪੂਰੇ ਪੰਜਾਬ, ਪੂਰੇ ਦੇਸ਼ ਦੇ ਅੰਦਰ, ਮੈਂ ਕਹਿੰਦਾ ਦੇਸ਼ ਦਾ ਹਰ ਰਾਜ ਭਾਗ, ਸਟੇਟ ਦਾ ਰਾਜ ਭਾਗ ਗੁਰੂਆਂ ਦੇ ਸਿਧਾਂਤਾਂ ਦੇ ਮੁਤਾਬਕ, ਗੁਰੂਆਂ ਦੀ ਉਸ
ਪਵਿੱਤਰਤਾ ਦੇ ਅਨੁਸਾਰ ਸਭੇ ਸਾਜੀ ਵਾਲਸ ਦਾ ਕੋਈ ਇਹਨਾਂ ਦੇ ਸੇਵਾਰਾ ਦੇ ਮੁਤਾਬਕ ਚੱਲਣਾ ਚਾਹੀਦਾ। ਮੈਂ ਸ਼ਾਇਦ ਇਸ ਤੋਂ ਵੱਡੀ ਕੋਈ ਬਿਆਨ ਹੋਰ ਦੇ ਸਕਦਾ ਜੇ ਦੇਸ਼ ਚੱਲਣਾ ਚਾਹੀਦਾ ਤਾਂ ਗੁਰੂਆਂ ਦੇ ਸਿਧਾਂਤਾਂ ਮੁਤਾਬਕ, ਗੁਰੂਆਂ ਦੇ ਉਸ ਪਵਿੱਤਰ ਤੇ ਕੁਰਬਾਨੀਆਂ ਦੇ ਜਜ਼ਬੇ ਨੂੰ ਅੱਗੇ ਰੱਖ ਕੇ ਚੱਲਣਾ ਚਾਹੀਦਾ। ਮੇਰਾ ਇੱਕ ਸਵਾਲ ਇਹ ਹੈ, ਅੱਜ ਪੂਰੇ ਮੁਲਕ ਦੇ ਵਿੱਚ, ਕੋਟਲੀ ਸਾਹਿਬ, ਅੱਜ ਪੂਰੇ ਮੁਲਕ ਦੇ ਵਿੱਚ ਭਾਵੇਂ ਬੀਜੇਪੀ ਨੂੰ ਇਹ ਮੇਰਾ ਸਵਾਲ ਔਖਾ ਵੀ ਲੱਗੇਗਾ, ਉਹਦਾ ਜਵਾਬ ਇਹ ਦੇ ਦੇਣਗੇ ਜਗਬੰਸ ਸਿੰਘ ਜੀ, ਬਹੁਤ ਚੰਗੇ ਬੁਲਾਰੇ ਨੇ। ਅੱਜ ਇਹ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੇ ਜਿਹੜੇ ਉਹ ਮੁਲਕ ਨੂੰ ਤੋੜਨਾ ਚਾਹੁੰਦੇ ਨੇ। ਰਾਹੁਲ ਗਾਂਧੀ ਜਿੱਦਾਂ ਦੀਆਂ ਸਟੇਟਮੈਂਟ ਦਿੰਦੇ ਨੇ ਉਹ ਫਿਰਕਿਆਂ ਦੇ ਵਿੱਚ ਪਾੜਾ ਪਾਉਂਦੀਆਂ ਨੇ, ਉਹ ਫਿਰਕਾ ਪ੍ਰਸਤੀ ਨੂੰ ਵਧਾਉਂਦੀਆਂ ਨੇ। ਇਹ ਪ੍ਰੋਜੈਕਸ਼ਨ ਕੀਤੀ ਜਾ ਰਹੀ ਹੈ, ਇਹਦਾ ਤੁਹਾਨੂੰ ਸਿਆਸੀ ਨੁਕਸਾਨ ਤਾਂ ਹੋਏਗਾ ਹੀ ਹੋਏਗਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਧੜਿਆਂ 'ਚ ਵੰਡੀ ਜਾਏਗੀ? ਇੱਕ ਧੜਾ ਉਹ ਜਿਹੜਾ ਬਹੁ ਗਿਣਤੀਆਂ ਦੀ ਗੱਲ ਕਰਦਾ, ਇੱਕ ਧੜਾ ਉਹ ਜਿਹੜਾ ਘੱਟ ਗਿਣਤੀਆਂ ਦੀ ਗੱਲ ਕਰਦਾ, ਗੱਲ ਦੋਵੇਂ ਸਿਆਸੀ ਲਾਹੇਲੀ ਕਰਦੇ ਨੇ, ਇਹ ਸਵਾਲ ਤਾਂ ਖੜਾ ਹੋ ਗਿਆ ਨਾ। ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਇਸ ਕਰਕੇ ਅਲੱਗ ਕਰ ਰਹੇ ਹੋ ਕਿ ਤੁਹਾਡਾ ਧੜਾ ਸਿਰਫ ਉਹ ਧੜਾ ਜਿਹੜਾ ਘੱਟ ਗਿਣਤੀਆਂ ਦੀ ਗੱਲ ਕਰਦਾ, ਇਹਦਾ ਨੁਕਸਾਨ ਨਹੀਂ ਹੈ? ਤਾਂ ਕਹਿੰਦਾ ਹਰੇਕ ਵਿਅਕਤੀ ਨੂੰ ਡੈਮੋਕ੍ਰੈਟਿਕ ਦੇਸ਼ ਦੇ ਅੰਦਰ ਸਰਕਾਰ ਚਲਾਉਣ ਵਾਲਿਆਂ ਨੂੰ ਔਰ ਸਰਕਾਰ ਤੋਂ ਬਾਹਰ ਵਾਲਿਆਂ ਨੂੰ ਦੇਸ਼ ਦੇ ਅੰਦਰ ਜਿਹੜੀ ਏਕਤਾ ਨੂੰ ਕਾਇਮ ਰੱਖਣ ਦੇ ਲਈ, ਇਹ ਮੈਨੂੰ ਸਮਝ ਨਹੀਂ ਆ ਰਹੀ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਇਹਦੇ ਨਾਲ ਕਿਹੜਾ ਧਰਮ ਨੂੰ ਖਤਰਾ ਆ ਗਿਆ, ਕਿਹੜੀ ਦੇਸ਼ਤਾ ਤੇ ਏਕਤਾ ਤੇ ਅਖੰਡਤਾ ਨੂੰ ਖਤਰਾ ਆ ਗਿਆ। ਅੱਜ ਸਵਾਲ ਸਿਰਫ ਇੱਥੇ ਇਸ ਦੁਆਲੇ ਹੀ ਘੁੰਮ ਰਿਹਾ ਆ। ਇਸ ਕਰਕੇ ਹਰਪ੍ਰੀਤ ਜੀ, ਤੁਸੀਂ ਬਹੁਤ ਵੱਡੇ ਚੈਨਲ ਦੇ ਉੱਤੇ ਇਹ ਡਿਬੇਟ ਚਲਾ ਰਹੇ ਹੋ, ਦੁਨੀਆ ਦੇਖ ਰਹੀ ਹੈ। ਮੇਰੇ ਖਿਆਲ ਦੇ ਅੰਦਰ ਪੰਜਾਬ ਦੇਸ਼, ਦੁਨੀਆ ਦਾ ਹਰ ਬੱਚਾ ਜਿਹੜਾ, ਅਸੀਂ ਵੀ ਵਿਦੇਸ਼ਾਂ 'ਚ ਜਾਂਦੇ, ਅਸੀਂ ਚੱਟ ਦੇਣਾ ਉਹ ਚੀਜ਼ ਲਾਈਦੀ ਕਿ ਇੱਥੇ ਗੱਲ ਸੱਚੀ ਹੋਏਗੀ। ਤਾਂ ਮੇਰੇ ਖਿਆਲ ਦੇ ਅੰਦਰ ਆਸਥਾ ਉਸ ਨੂੰ ਯਾਦ ਰੱਖਣਾ ਚਾਹੀਦਾ ਔਰ ਉਹਦੇ ਪ੍ਰਤੀ ਸ਼ਰਤ ਦੇਖੋ ਹਰਪ੍ਰੀਤ ਜੀ, ਇਸ ਗੱਲ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਤੁਸੀਂ ਜੋ ਮਰਜ਼ੀ ਕਹੋ, ਬੁਲਾਰੇ ਜੋ ਮਰਜ਼ੀ ਕਹਿਣ, ਇਹਦਾ ਮਤਲਬ ਹੈ ਕਿ ਕੋਈ ਵਿਅਕਤੀ ਇਸ ਧਰਮ ਦੀ ਪਵਿੱਤਰਤਾ ਵੱਲ ਨੂੰ ਕੋਈ ਵੱਧ ਨਹੀਂ ਸਕਦਾ, ਇਸ ਪ੍ਰਤੀ ਕੋਈ ਆਸਥਾ ਵਾਲੇ ਪਾਸੇ ਨੂੰ ਕੋਈ ਜਾ ਹੀ ਨਹੀਂ ਸਕਦਾ। ਤੇ ਫਿਰ ਜੇ ਅਜਿਹੇ ਸਵਾਲ ਹੁੰਦੇ ਰਹਿਣਗੇ ਤਾਂ ਜੋ ਕੁਝ ਅਸੀਂ ਸਮਝਦੇ ਹਾਂ ਕਿ ਨਹੀਂ ਹੋਣਾ ਚਾਹੀਦਾ, ਫਿਰ ਤਾਂ ਉਹ ਸਾਡੇ ਨਾਲ। ਵੈਸੇ ਤਾਂ ਮੈਂ ਅੱਗੇ ਜਾਣਾ ਸੀ, ਇੱਕ ਛੋਟਾ ਜਿਹਾ ਸਵਾਲ ਮੈਨੂੰ ਹੋਰ ਪੁੱਛਣਾ ਹੀ ਪੈ ਗਿਆ ਤੁਹਾਡੇ ਤੋਂ। ਜੇ ਤੁਸੀਂ ਬਿਆਨਾਂ ਦੀ ਆਜ਼ਾਦੀ ਦੀ ਇੰਨੀ ਗੱਲ ਕਰਦੇ ਹੋ, ਫਿਰ ਰਵਨੀਤ ਬਿੱਟੂ ਦੇ ਬਿਆਨ ਤੇ ਤੁਹਾਨੂੰ ਇਤਰਾਜ਼ ਕਿਉਂ ਹੈ? ਫਿਰ ਤੁਸੀਂ FIR ਕਿਉਂ ਦਰਜ ਕਰਾਉਂਦੇ ਹੋ? ਫਿਰ ਤੁਸੀਂ ਧਰਨੇ ਪ੍ਰਦਰਸ਼ਨ ਕਿਉਂ ਦਿੰਦੇ ਹੋ? ਮੈਂ ਕਹਿੰਦਾ ਰਵਨੀਤ ਬਿੱਟੂ ਜੀ ਨੂੰ ਇਹ ਗੱਲਾਂ ਪਹਿਲਾਂ ਕਹਿਣੀਆਂ ਚਾਹੀਦੀਆਂ ਸੀ। ਹੁਣ ਰਵਨੀਤ ਬਿੱਟੂ ਨਹੀਂ ਬੋਲ ਰਿਹਾ ਤਾਂ ਭਾਰਤੀ ਜਨਤਾ ਪਾਰਟੀ ਬੋਲ ਰਹੀ ਹੈ ਹਰਪ੍ਰੀਤ ਜੀ। ਠੀਕ ਠੀਕ ਠੀਕ, ਉਹੀ ਗੱਲ ਤਾਂ ਮੈਂ ਉਹੀ ਗੱਲ ਘੁੰਮ ਫਿਰ ਕੇ ਸਰ ਉੱਥੇ ਹੀ ਆ ਜਾਂਦੀ ਹੈ। ਤੁਸੀਂ ਕਹਿੰਦੇ ਹੋ ਅਤੀਤ ਭੁੱਲ ਜਾਓ ਰਾਹੁਲ ਗਾਂਧੀ ਦਾ, ਪਰ ਰਵਨੀਤ ਬਿੱਟੂ ਦਾ ਅਤੀਤ ਯਾਦ ਰੱਖੋ, ਇਹ ਕਿਵੇਂ ਪੋਸੀਬਲ ਹੋ ਸਕਦਾ? ਤੁਸੀਂ ਕਹਿ ਰਹੇ ਹੋ ਅਤੀਤ 'ਚ ਬਹੁਤ ਗੱਲਾਂ ਹੋ ਗਈਆਂ ਉਹ ਛੱਡ ਦਿਓ, ਫਿਰ ਰਵਨੀਤ ਬਿੱਟੂ ਦੀਆਂ ਵੀ ਅਤੀਤ ਲੀਆਂ ਗੱਲਾਂ ਛੱਡਣੀਆਂ ਪੈਣੀਆਂ ਨੇ ਜੇ ਰਾਹੁਲ ਗਾਂਧੀ ਦਾ ਅਤੀਤ ਭੁੱਲਣਾ ਤਾਂ। ਚਲੋ ਮੈਂ ਆ ਗਿਆ ਇੱਕ ਮਿੰਟ ਦਾ, ਬੀਜੇਪੀ ਜੇ ਰਾਹੁਲ ਗਾਂਧੀ ਨੇ ਕੁਛ ਕੀਤਾ, ਇੱਕ ਮਿੰਟ ਹਰਪ੍ਰੀਤ ਜੀ, ਤੁਸੀਂ ਕੰਪੈਰੀਜ਼ਨ ਕਰ ਲਓ। ਚਲੋ ਰਵਨੀਤ ਬਿੱਟੂ ਦਾ ਜੀ ਤੇ ਉਹਨਾਂ ਦਾ, ਉਹਦੇ ਅੰਦਰ ਅੱਜ ਤੱਕ ਕਿਹੜਾ ਦੋਸ਼ ਰਾਹੁਲ ਗਾਂਧੀ ਜੀ ਦੇ ਉੱਪਰ ਹੈ ਕਿ ਉਹਨਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਮ ਕਰ ਦਿੱਤਾ, ਜਬਾਂ ਸਿੰਘ ਜੀ ਜਵਾਬ ਦੇ ਅੰਦਰ ਦਖਲ ਅੰਦਾਜ਼ੀ ਕਰਕੇ? ਹਾਂਜੀ ਜਬਾਂ ਸਿੰਘ ਜੀ, ਕਿਸੇ ਧਰਮ ਨੂੰ ਠੇਸ ਪਹੁੰਚਾਈ? ਠੀਕ ਹੈ, ਜਵਾਬ ਲੈ ਲਾ ਮੈਂ, ਇੱਕ ਮਿੰਟ, ਆ ਗਿਆ ਸਰ, ਆ ਗਿਆ। ਹਾਂਜੀ ਜਬਾਂ ਸਿੰਘ ਜੀ, ਜਬਾਂ ਸਿੰਘ ਜੀ ਉਹ ਕਹਿੰਦੇ ਨੇ ਕਿ ਦੇਖੋ ਇੱਕ ਛੋਟੇ ਜਿਹੇ ਬਿਆਨ ਨੂੰ ਜਾਣ ਬੁੱਝ ਕੇ ਤੂਲ ਦੇ ਰਹੀ ਹੈ ਬੀਜੇਪੀ, ਐਡਾ ਵੱਡਾ ਬਿਆਨ ਹੈ ਨਹੀਂ ਹੈ ਜਿੰਨਾ ਬਣਾਇਆ ਜਾ ਰਿਹਾ। ਦੇਖੋ ਹਰਪ੍ਰੀਤ ਜੀ, ਜਿਹੜੀ ਤੁਸੀਂ ਅੱਜ ਡਿਬੇਟ ਸ਼ੁਰੂ ਕੀਤੀ ਸੀਗੀ ਉਹ ਬੜੇ ਇੱਕ ਹਾਈ ਇੰਟੈਲੈਕਚੁਅਲ ਤੇ ਆਈਡੀਓਲੋਜੀਕਲ ਲੈਵਲ ਦੇ ਉੱਤੇ ਪਹੁੰਚ ਗਈ ਹੈ ਜੀ, ਤੇ ਕੁਛ ਜਿਹੜੀਆਂ ਗੱਲਾਂ ਇਹਦੇ ਚੋਂ ਨਿਕਲੀਆਂ ਨੇ ਉਹਦਾ ਜਵਾਬ ਮੈਨੂੰ ਦੇਣਾ ਬਹੁਤ ਜ਼ਰੂਰੀ ਲੱਗ ਰਿਹਾ ਜੀ। ਜੀ ਪਲੀਜ਼। ਸਭ ਤੋਂ ਪਹਿਲੇ ਜੋ ਧਾਰਨੀ ਸਾਹਿਬ ਨੇ ਕਿਹਾ ਹੈ, ਕੁਛ ਉਹਨਾਂ ਨੇ ਚੀਜ਼ਾਂ ਕਹੀਆਂ ਨੇ, ਕਿਰਪਾਨ ਏਅਰਕ੍ਰਾਫਟ 'ਚ ਨਹੀਂ ਲੈ ਕੇ ਜਾ ਸਕਦੇ, ਗੁਰਦੁਆਰਾ ਗਿਆਨ ਕੋਥਰੀ, ਗੁਰਦੁਆਰਾ ਡੋਂਗਮਾਰ ਤੇ ਹਰਿਆਣਾ SGPC। ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਕੁਐਸਟ ਕਰਾਂਗਾ ਕਿ ਉਹਨਾਂ ਨੂੰ ਆਪਣਾ ਜਿਹੜਾ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਹੈ ਜਿੱਥੇ
ਬਹੁਤ ਸਾਲਾਂ ਦੇ ਬਾਅਦ ਤੇ ਓਨਲੀ ਸੈਕਿੰਡ ਟਾਈਮ ਇੱਕ ਸਿੱਖ ਜਿਹੜਾ ਉਹ ਚੇਅਰਮੈਨ ਬਣਾਇਆ, ਉਹਨਾਂ ਦੇ ਨਾਲ ਥੋੜਾ ਜ਼ਿਆਦਾ ਸੰਪਰਕ ਰੱਖਣ ਤੇ ਉੱਥੇ ਜਾ ਕੇ ਦੇਖ ਕੇ ਆਣ ਕਿ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕਿੰਨਾ ਕੁ ਕੰਮ ਹੋ ਰਿਹਾ, ਕਿਸ ਤਰੀਕੇ ਨਾਲ ਹੋ ਰਿਹਾ, ਕਿਉਂਕਿ ਇਹ ਜਿਹੜੀਆਂ ਗੱਲਾਂ ਨੇ ਨਾ ਹਰਪ੍ਰੀਤ ਜੀ, ਇਹ ਇਹ ਪੋਲੀਟਿਕਸ ਕੋਲੋਂ ਉੱਤੇ ਨੇ ਜੀ। ਮੈਂ ਪਰਸਨਲੀ ਤੁਹਾਨੂੰ ਦੱਸਣਾ ਕਿ ਆਈ ਐਮ ਐਡਵਾਈਜ਼ਰ ਟੂ ਦ ਨੈਸ਼ਨਲ ਮਾਈਨੋਰਿਟੀ ਕਮਿਸ਼ਨ। ਇੱਥੇ ਇੱਕ ਵਾਰ ਮੇਰੇ ਖਿਆਲ 2-3 ਸਾਲ ਪਹਿਲੇ ਕਿ ਇੱਕ ਬੱਚਾ 1 ਘੰਟਾ ਲੇਟ ਜਾਂ ਤਾਂ ਘੰਟਾ ਲੇਟ ਹੋ ਗਿਆ ਸੀਗਾ ਕਿਰਪਾਨ ਦੇ ਕਾਰਨ, ਉਹਦੇ ਵਾਸਤੇ ਅਸੀਂ ਬੜਾ ਸਖ਼ਤ ਚਿੱਠੀ ਲਿਖੀ ਸੀਗੀ ਤੇ ਸਾਰਿਆਂ ਨੂੰ ਇਹ ਦਿੱਤਾ ਹੋਇਆ, ਜਿੱਦਾਂ ਕਿ ਇੰਦਰਜੀਤ ਜੀ ਕਹਿ ਰਹੇ ਨੇ ਕਿ ਬਹੁਤ ਮਰਿਆਦਾ ਦੇ ਨਾਲ ਕੰਮ ਹੁੰਦਾ। ਸੋ ਬਿਨਾਂ ਵਜ੍ਹਾ ਦੇ ਆਈ ਵੁੱਡ ਧਰਨੀ ਸਾਹਿਬ ਨੂੰ ਮੈਂ ਸਿਰਫ ਇਹ ਰਿਕੁਐਸਟ ਕਰਾਂਗਾ, ਮੈਂ ਹੁਣ ਇੱਥੇ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗਾ, ਇਹ ਦੱਸ ਕੇ ਗਿਆਨ ਗੋਤਰੀ ਦੇ ਬਾਰੇ ਕੀ ਹੋ ਰਿਹਾ, ਮੰਗੂ ਮੱਠ ਦੇ ਬਾਰੇ ਕੀ ਹੋ ਰਿਹਾ, ਸਭ ਦੇ ਉੱਤੇ ਬਹੁਤ ਐਡਵਾਂਸ ਸਟੇਜ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ। ਤੇ ਬਾਕੀ ਜਿਹੜੀ ਆ ਗਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ, ਅਸੀਂ ਬੀਜੇਪੀ ਦੇ ਵਿੱਚ ਹਮੇਸ਼ਾ ਇਹੋ ਹੀ ਕਹਿੰਦੇ ਹਾਂ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਜੇ ਸੱਤ ਜੀ ਨੇ ਕਦੀ ਅੱਜ ਤੱਕ ਖਾਲਿਸਤਾਨ ਤੇ ਮੰਗਿਆ ਨਹੀਂ, ਉਹ ਚੀਜ਼ ਉਹਨਾਂ ਦੇ ਉੱਤੇ ਥੋਪੀ ਗਈ ਹੈ, ਉਹਨਾਂ ਨੂੰ ਤੇ ਹਮੇਸ਼ਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਉੱਤੇ ਉਹਨਾਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ ਸੀਗੀ ਤੇ ਉਹਨਾਂ ਨੂੰ ਅਨਸਰੀ ਇਸ ਅਲਗਵਾਦ ਦੇ ਵਿੱਚ ਨਾਲ ਜੋੜਨਾ। ਤੁਹਾਡੇ ਮੈਂਬਰ ਪਾਰਲੀਮੈਂਟ ਤਾਂ ਅੱਤਵਾਦੀ ਕਹਿੰਦੇ ਨੇ ਨਾ ਉਹਨਾਂ ਨੂੰ, ਉਹ ਤਾਂ ਅੱਤਵਾਦੀ ਕਹਿੰਦੇ ਨੇ। ਨਹੀਂ ਨਹੀਂ, ਕੋਈ ਨਹੀਂ ਕਹਿੰਦਾ। ਦੇਖੋ ਕੰਗਨਾ ਰਣੌਤ ਦੀ ਸਰ ਸਟੇਟਮੈਂਟ ਮੈਂ ਚਲਾ ਕੇ ਦਿਖਾ ਦਿੰਦਾ ਤੁਹਾਨੂੰ ਜਿਹੜਾ ਐਦਾਂ ਐਦਾਂ ਹਰਪ੍ਰੀਤ ਜੀ, ਜਿਹੜੇ ਬੰਦਿਆਂ ਨੂੰ ਨੌਲੇਜ ਘੱਟ ਹੁੰਦੀ ਹੈ ਉਹ ਕਈ ਚੀਜ਼ਾਂ ਐਸੀਆਂ ਕਹਿ ਦਿੰਦੇ ਨੇ ਜਿਹੜੀਆਂ ਉਹਨਾਂ ਨੂੰ ਕਹਿਣੀਆਂ ਨਹੀਂ ਚਾਹੀਦੀਆਂ। ਮੈਂ ਇੱਥੇ ਬੀਜੇਪੀ ਦਾ ਇੱਕ ਆਫੀਸ਼ੀਅਲ ਸਪੋਕਸਪਰਸਨ ਕਹਿ ਰਿਹਾ ਤੇ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਬੀਜੇਪੀ ਦੀ ਥੋਟ ਪ੍ਰੋਸੈਸ ਤੇ ਆਈਡੀਓਲੋਜੀ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਜੋ ਕਿ ਹਿਸਟੋਰੀਕਲੀ ਪ੍ਰੂਵਨ ਫੈਕਟ ਹੈਗਾ। ਉਹ ਤੇ ਸਿਰਫ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਾਣਦੇ ਸੀਗੇ ਕਿਹੜੀ ਵਜ੍ਹਾ ਦੇ ਨਾਲ ਉਹਨਾਂ ਨੂੰ ਇੱਕ ਮਿਲੀਟੈਂਟ ਤੇ ਟੈਰਰਿਸਟ ਕਰਾਰ ਕਰਕੇ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾ ਦਿੱਤਾ। ਇਹਦੇ ਬਾਰੇ ਅਸੀਂ ਅੱਜ ਤੁਹਾਡੀ ਡਿਬੇਟ 'ਚ ਨਹੀਂ ਜਾਵਾਂਗੇ, ਮੈਂ ਤਾਂ ਸਿਰਫ ਇੱਕ ਸਟੇਟਮੈਂਟ ਬਣਾਉਣੀ ਸੀ। ਠੀਕ ਹੈ, ਠੀਕ ਹੈ। ਬਾਕੀ ਜਿਹੜੀ ਕੋਟਲੀ ਜੀ ਨੇ ਗੱਲ ਕਹੀ ਹੈ ਮੈਂ ਬਿਲਕੁਲ ਉਹਦੇ ਨਾਲ ਸਹਿਮਤ ਹੈਗਾ, ਇਹ ਵਿਵਾਦ ਇੱਥੋਂ ਤੱਕ ਪਹੁੰਚਣਾ ਹੀ ਨਹੀਂ ਸੀਗਾ। ਅਗਰ ਕਾਂਗਰਸ ਰਵਨੀਤ ਸਿੰਘ ਬਿੱਟੂ ਜੀ ਦੇ ਬਿਆਨ ਦਾ ਖਿਲਾਫਬਾਜ਼ੀ ਕਰਦੇ ਇੱਕ ਵਾਰ ਗੁਰਪਤਵੰਤ ਪੰਨੂ ਦੇ ਬਿਆਨ ਦੀ ਵੀ ਖਿਲਾਫਬਾਜ਼ੀ ਕਰ ਦਿੰਦੇ, ਜੋ ਕਿ ਇਹਨਾਂ ਨੇ ਨਹੀਂ ਕੀਤੀ, ਜਿਹਦੇ ਕਾਰਨ ਸਭ ਤੋਂ ਜ਼ਿਆਦਾ ਵੱਡਾ ਰੋਸ ਹੈ, ਜਿਹਦੇ ਕਾਰਨ ਰੋਜ਼ ਦਿਹਾੜੀ ਤਾਂ ਇੱਥੇ ਇਹ ਡਿਬੇਟਾਂ ਹੋ ਰਹੀਆਂ ਨੇ। ਮੈਨੂੰ ਖੁਸ਼ੀ ਹੈ ਕਿ ਅੱਜ ਦੀ ਡਿਬੇਟ ਜਿਹੜੀ ਹੈ ਇਹ ਕਿਸੇ ਸਿਰੇ ਪਹੁੰਚ ਰਹੀ ਹੈ ਤੇ ਮੈਂ ਉਮੀਦ ਕਰਾਂਗਾ ਕਿ ਇਸ ਡਿਬੇਟ ਨੂੰ ਦੇਖਣ ਦੇ ਬਾਅਦ ਇਹ ਸਬਜੈਕਟ ਦੇ ਉੱਤੇ ਡਿਬੇਟ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ। ਹਾਂ, ਇੱਕ ਮਿੰਟ, ਮੈਂ ਧਾਰਨੀ ਸਾਹਿਬ ਤੋਂ ਇੱਕ ਰਿਐਕਸ਼ਨ ਲੈਣਾ ਹੈ। ਧਾਰਨੀ ਸਾਹਿਬ, ਉਹ ਕਹਿੰਦੇ ਜਿਵੇਂ ਹੁਣ ਬੀਜੇਪੀ ਦੇ ਬੁਲਾਰੇ ਨੇ ਕਿਹਾ ਕਿ ਚਲੋ ਰਾਹੁਲ ਗਾਂਧੀ ਇਸ ਦੇਸ਼ ਦਾ ਬਛਿੰਦਾ, ਜੇ ਉਹਨੇ ਕੁਝ ਕਿਹਾ ਇੱਧਰੋਂ ਬੀਜੇਪੀ ਨੇ ਵੀ ਕੁਝ ਕਿਹਾ ਤਾਂ ਮਸਲਾ ਠੰਡਾ ਹੋ ਜਾਂਦਾ, ਕਿਉਂਕਿ ਅਜਿਹੀ ਬਿਆਨਬਾਜ਼ੀ ਚੱਲਦੀ ਰਹਿੰਦੀ। ਉਹ ਕਹਿੰਦੇ ਕਿ ਜਿਹੜੀ ਤੀਜੀ ਧਿਰ ਤੁਹਾਡਾ ਸਹਾਰਾ ਲੈ ਕੇ ਮੁਲਕ ਦੇ ਵਿੱਚ ਇਹ ਦਿਖਾਉਣਾ ਚਾਹੁੰਦੀ ਹੈ ਕਿ ਦੇਖੋ ਅਸੀਂ ਠੀਕ ਸੀਗੇ, ਜੋ ਅਸੀਂ ਕਹਿ ਰਹੇ ਸੀ ਜੋ ਰਾਹੁਲ ਗਾਂਧੀ ਵੀ ਕਹਿ ਰਿਹਾ ਉਹ ਸਾਨੂੰ ਬਰਦਾਸ਼ਤ ਨਹੀਂ ਹੈ। ਰਾਹੁਲ ਗਾਂਧੀ ਕਹੇ ਠੀਕ ਹੈ, ਪਰ ਤੀਜਾ ਬੰਦਾ ਕਿਵੇਂ ਕਹਿ ਦੇ? ਦੇਖੋ ਗੱਲ ਇਹ ਹੈਗਾ ਜੀ, ਦੇਖੋ ਮੌਕਾ ਤਾਂ ਸਾਰਿਆਂ ਨੇ ਹੀ ਦਿੱਤਾ ਹੈ। ਸਵਾਲ ਇਹ ਹੈਗਾ, ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕਿ ਕੇਂਦਰ ਕੌਣ ਹੈ, ਬਿੰਦੂ ਕੌਣ ਹੈ, ਉਹ ਸਿੱਖ ਹੈਗੇ ਆ। ਇਹਨਾਂ ਨੇ ਬੜੇ ਸਹਿਜ ਜਿਹੇ ਤਰੀਕੇ ਦੇ ਨਾਲ ਇਹ ਗੱਲ ਕਹਿਤੀ। ਕਿੰਨੇ ਦਿਨ ਅਸੀਂ ਐਮਰਜੈਂਸੀ ਫਿਲਮ ਦੇ ਉੱਤੇ ਡਿਬੇਟਾਂ ਕਰਦੇ ਰਹੇ, ਉਸ ਦੇ ਵਿੱਚ ਸਿੱਖਾਂ ਨੂੰ ਕੀ ਕੁਛ ਦਿਖਾਇਆ ਵਾ ਹੈਗਾ। ਕੰਗਣਾ ਰਣੌਤ ਇੱਕ ਐਮ ਪੀ ਜਿਹਨੇ ਜਿਹੜੀ ਸੰਵਿਧਾਨ ਦੀ ਸਹੁੰ ਚੱਕਣ ਤੋਂ ਬਾਅਦ ਉਹ ਸਰਦਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜਿਹੜਾ ਹੈਗਾ ਇੱਕ ਅੱਤਵਾਦੀ ਦੱਸ ਰਹੀ ਹੈਗੀ ਆ। ਔਰ ਪਿਛਲੇ ਟਾਈਮਾਂ ਦੇ ਵਿੱਚ
ਕਦੇ ਉਹ ਕਿਸਾਨ ਸਰਦੀ ਸਾਹਿਬ ਐਦਾਂ ਨਾ ਕਹੋ। ਨਹੀਂ ਨਹੀਂ ਬਿਲਕੁਲ ਪੜ ਲਓ ਜੀ, ਮੈਂ ਤਾਂ ਕੁਝ ਮੈਂ ਰੋੜ ਕੇ ਤੁਹਾਨੂੰ ਨਹੀਂ ਚੁਬਾ ਦਿੱਤੀ। ਨਹੀਂ ਦੇਖੋ ਗੱਲ ਸੁਣੋ, ਸਾਰੇ ਕਿਸਾਨਾਂ ਨੂੰ ਉਹਨਾਂ ਨੇ ਅੱਤਵਾਦੀ ਕਿਹਾ, ਸਾਰੇ ਕਿਸਾਨਾਂ ਨੂੰ ਅੰਤਕ ਆਤੰਕਵਾਦੀ ਕਿਹਾ ਉਹਨਾਂ ਨੇ, ਕੰਗਨਾ ਰਣੌਤ ਨੇ ਬਾਰ ਬਾਰ ਕਿਹਾ, ਔਰ ਉਸ ਦਾ ਰਿਵੈਂਜ ਕੀ ਨਿਕਲਿਆ? ਉਹਨੇ ਪੰਜਾਬੀਆਂ ਦੀਆਂ ਔਰਤਾਂ ਨੂੰ 100-100 ਰੁਪਈਏ ਤੇ ਦਿਹਾੜੀ ਵਾਲੀਆਂ ਜਿਹੜੇ ਹੈਗੇ ਆ ਔਰਤਾਂ ਕਿਹਾ, ਇਸ ਤੋਂ ਬਾਅਦ ਵੀ ਤੁਸੀਂ ਇਹ ਗੱਲਾਂ ਕਰਦੇ ਹੈਗੇ ਆ, ਇਹਦੇ 'ਚ ਕੋਈ ਡਾਊਟ ਨਹੀਂ ਹੈਗਾ। ਜਦੋਂ ਸ਼੍ਰੀ ਬਿੱਟੂ ਜੀ ਬੋਲ ਰਹੇ ਹੈਗੇ ਆ, ਬਿੱਟੂ ਨਹੀਂ ਬੋਲਦਾ ਹੈਗਾ, ਇੱਕ ਮੈਂਬਰ ਪਾਰਲੀਮੈਂਟ ਬੋਲ ਰਿਹਾ ਹੈਗਾ, ਇੱਕ ਸਹੁੰ ਚੱਕੀ ਵੀ ਮੰਤਰੀ ਬੋਲ ਰਿਹਾ ਹੈਗਾ, ਜਿਹੜਾ ਪੂਰੇ ਭਾਰਤ ਦਾ ਮੰਤਰੀ ਹੈਗਾ ਉਹ ਬੋਲ ਰਿਹਾ ਹੈਗਾ, ਤਾਂ ਉਹ ਨਹੀਂ ਬੋਲ ਰਿਹਾ, ਬੀਜੇਪੀ ਬੋਲ ਰਹੀ ਹੈ, ਬੀਜੇਪੀ ਨੂੰ ਉਹਨੂੰ ਓਨ ਕਰਨਾ ਪਏਗਾ। ਔਰ ਰਹਿ ਗਈ ਗੱਲ ਇਹਨਾਂ ਦੀ ਕਾਂਗਰਸ ਵਾਲਿਆਂ ਦੀ, ਮੈਂ ਕਾਂਗਰਸ ਵਾਲਿਆਂ ਤੋਂ ਤਾਂ ਸਿੰਪਲ ਸਵਾਲ ਪੁੱਛਦਾ ਕਿ ਤੁਹਾਡੀ ਤੁਸੀਂ ਗੱਲ ਕਰ ਲਈ, ਉਹ ਗੱਲ ਕਰਨ ਦੇ ਨਾਲ ਨਾ ਤੁਹਾਡੀ ਮਾਂ ਦਾਦੀ ਦੇ ਘਰੇ ਵੇ ਪੈਣੇ ਆ, ਉਹਨਾਂ 'ਤੇ ਪੋਚੇ ਪੈਣੇ ਆ, ਨਾ ਤੁਹਾਡੇ ਬਾਪ ਦੇ ਘਰੇ ਵਾਲੇ 'ਤੇ ਪੋਚੇ ਪੈਣੇ ਆ, ਲੋਕ ਕਦੇ ਨਹੀਂ ਇਹਨਾਂ ਨੂੰ ਭੁੱਲਣਗੇ। ਮੈਂ ਦੋ ਕਿਤਾਬਾਂ ਕੋਟਲੀ ਸਾਹਿਬ ਨੂੰ ਯਾਦ ਕਰਾ ਦਿੰਦਾ, ਇਹਨਾਂ ਦੇ ਜਿਹੜੇ ਹੈਗੇ ਆ ਮੁਲਾਜ਼ਮ, ਨਹੀਂ ਉਹ ਤਾਂ ਕਹਿ ਰਹੇ ਕਿ ਤੁਸੀਂ ਇਹ ਦੱਸੋ ਕਿ ਰਾਹੁਲ ਗਾਂਧੀ ਨੇ ਕੁਝ ਗਲਤ ਕੀਤਾ ਤਾਂ ਦੱਸੋ। ਫਿਰ ਬਿੱਟੂ ਨੇ ਕਿਹੜਾ ਕੀਤਾ? ਬਿੱਟੂ ਦੇ ਵੀ ਤਾਂ ਦਾਦੇ ਨਹੀਂ ਕੀਤਾ। ਬਿੱਟੂ ਨੇ ਜੋ ਇਹੋ ਜਿਹਾ ਰਾਹੁਲ ਗਾਂਧੀ ਬੋਲ ਰਿਹਾ ਉਹ ਜਿਹਾ ਬਿੱਟੂ ਬੋਲ ਰਿਹਾ। ਮੈਂ ਇਹ ਕਹਿਣਾ ਕਿ ਬੀ ਡੀ ਪਾਂਡੇ ਦੀ ਇੱਕ ਕਿਤਾਬ ਹੈ ਇਨ ਦਾ ਸਰਵਿਸ ਆਫ ਫ੍ਰੀ ਇੰਡੀਆ, ਉਸ ਦਾ ਜਵਾਬ ਦੇ ਦੇਣ ਇਹ ਬੈਠੇ ਆ ਨਾ ਉਹਦੇ ਉੱਤੇ। ਦੂਜੀ ਕਿਤਾਬ ਜਿਹੜੀ ਹੈਗੀ ਆ ਜੀ ਬੀ ਐਸ ਸਿੱਧੂ, ਉਹਦੀ ਕਿਤਾਬ ਸ਼ੁਰੂ ਪਤਾ ਕਿੱਥੇ ਹੁੰਦੀ ਆ? ਉਹ ਕਹਿੰਦਾ ਜੀ ਵਨ ਸਫਦਰ ਜੰਗ ਰੋਡ 1977 ਦੇ ਵਿੱਚ ਕਮਲਨਾਥ, ਸ਼੍ਰੀਮਤੀ ਇੰਦਰਾ ਗਾਂਧੀ ਐਂਡ ਸੰਜੇ ਗਾਂਧੀ ਵਰ ਸਿਟਿੰਗ ਦੇਅਰ, ਇੱਥੇ ਤੋਂ ਸ਼ੁਰੂ ਹੁੰਦੀ ਹੈ ਕਿ ਖਾਲਿਸਤਾਨ ਦੀ ਕੰਸਪੀਰੇਸੀ। ਫਿਰ ਇਹ ਅੱਗੇ ਕੀ ਹੈਗਾ ਜੀ, ਅਡਵਾਨੀ ਸਾਹਿਬ ਕਹਿ ਰਹੇ ਹਾਂ ਕਿ ਅਸੀਂ ਜਿਹੜਾ ਆਪਣੀ ਕਿਤਾਬ ਦੇ ਵਿੱਚ ਕਹਿੰਦੇ ਹਾਂ ਕਿ ਅਸੀਂ ਇੰਦਰਾ ਗਾਂਧੀ ਨੂੰ, ਸ਼੍ਰੀਮਤੀ ਇੰਦਰਾ ਗਾਂਧੀ ਨੂੰ ਫੋਰਸ ਕੀਤਾ। ਹੁਣ ਸਵਾਲ ਤਾਂ ਇਹ ਹੈਗਾ ਜੀ, ਇਹ ਦੋਵੇਂ ਧਿਰਾਂ ਬੈਠੀਆਂ ਹੈਗੀਆਂ, ਉਹਦੇ ਨਾਲ ਲੜ ਰਿਹਾ, ਉਹ ਲੜ ਰਿਹਾ, ਉਹ ਬਾਲ ਮਾਰਦੇ ਆ ਬਾਜੀ ਦੀ ਸਿੱਖਦੇ ਹੈਗੀ ਆ, ਉਹ ਬਾਲ ਮਾਰਦਾ ਬਾਜੀ ਦੀ ਸਿੱਖਦੇ ਹੈਗੀ ਆ, ਤੁਸੀਂ ਸਿੱਖਾਂ ਨੂੰ ਕਿਉਂ ਕਢਾਉਣਾ ਬਣਾ? ਤੁਹਾਨੂੰ ਲੱਗਦਾ ਕਿ ਚਲੋ ਜਿਹੜੇ ਇੱਕਾ ਦੁੱਕਾ ਘਟਨਾਵਾਂ 'ਚ ਕੁਛ ਹੋਈਆਂ ਵੀ ਨੇ ਘੱਟ ਗਿਣਤੀਆਂ ਦੇ ਨਾਲ ਕਿਰਪਾਨ ਨੂੰ ਲੈ ਕੇ, ਕੜੇ ਨੂੰ ਲੈ ਕੇ, ਇਹ ਮੁੱਦਾ ਹੁਣ ਜਦੋਂ ਇੰਨਾ ਹਾਈਲਾਈਟ ਹੋ ਗਿਆ, ਇਹ ਮੁਲਕ ਦੇ ਹਰ ਬਸ਼ਿੰਦੇ ਤੱਕ ਇਹ ਗੱਲ ਪਹੁੰਚ ਗਈ। ਸਵਾਲ ਪੂਰਾ ਕਰ ਲੈਂਦਾ ਫਿਰ ਬੋਲਿਓ, ਫਿਰ ਘੱਟੋ ਘੱਟ ਸਰਕਾਰ ਥੋੜ੍ਹੀ ਹੋਰ ਜ਼ਿਆਦਾ ਗੰਭੀਰ ਹੋਏਗੀ, ਸਟੇਟ ਸਰਕਾਰਾਂ ਵੀ ਜਾਂ ਸੈਂਟਰ ਸਰਕਾਰ ਵੀ, ਕਿ ਕੋਈ ਮੌਕਾ ਹੁਣ ਦੇਣਾ ਨਹੀਂ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਕੋਈ ਅਜਿਹਾ ਇੰਸੀਡੈਂਟ ਹੋ ਜਾਵੇ। ਬਿਲਕੁਲ ਸਰਪ੍ਰੀਤ ਸਿੰਘ ਜੀ, ਤੁਸੀਂ ਠੀਕ ਕਹਿੰਦੇ ਹੋ, ਇੱਕ ਬਲੈਸਿੰਗ ਇਨ ਡਿਸਗਾਈਜ਼ ਮੈਂ ਕਹਾਂਗਾ ਵੀ ਮੌਕਾ ਆ ਗਿਆ ਕਿ ਸਿੱਖ ਮਸਲਿਆਂ ਤੇ ਗੱਲ ਕਰਨ ਦਾ ਅਧਿਕਾਰ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੈ। ਇਹ ਅਥਾਰਟੀ ਹੈ, ਇਹ ਰਿਟਨ 'ਚ ਵੀ ਤੇ ਅਨਰਿਟਨ 'ਚ ਵੀ, ਮਾਸਟਰ ਤਾਰਾ ਸਿੰਘ ਤੇ ਨਹਿਰੂ ਦੇ ਪੈਕਟ ਜੀ ਦੀ ਮੈਂ ਗੱਲ ਕਹੀ ਹੈ, ਉਹਦੇ ਵਿੱਚ ਇਹ ਗੱਲ ਹੋ ਚੁੱਕੀ ਹੈ। ਤੇ ਮੈਂ ਸਮਝਦਾ ਹੁਣ ਇਹ ਮੌਕਾ ਆ ਗਿਆ, ਉਸ ਜਿਹੜੀ ਜਿਸ ਭਾਵਨਾ ਦੇ ਨਾਲ ਉਹ ਪੈਕਟ ਸਾਈਨ ਹੋਇਆ ਸੀ, ਜਿਸ ਭਾਵਨਾ ਦੇ ਨਾਲ, ਕਿਉਂਕਿ ਉਸ ਵਕਤ ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਦੇਸ਼ ਦੇ ਪਹਿਲੇ ਆਜ਼ਾਦ ਭਾਰਤ ਦੇ ਪਹਿਲੇ ਸਿਆਸੀ ਕੈਦੀ ਮਾਸਟਰ ਤਾਰਾ ਸਿੰਘ ਬਣੇ ਸੀ, ਤੇ ਉਸ ਵਕਤ ਪ੍ਰਤਾਪ ਸਿੰਘ ਕੈਰੋਂ ਤੋਂ ਵੱਧ ਮਜ਼ਬੂਤ ਮੁੱਖ ਮੰਤਰੀ ਕੋਈ ਨਹੀਂ ਸੀ। ਤੇ ਉਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੋਮੀਨੇਸ਼ਨ ਰਾਹੀਂ, ਜਦੋਂ ਪੈਪਸੂ ਪੰਜਾਬ 'ਚ ਮਰਜ ਹੋਇਆ ਸੀ, ਤੇ ਇਹ ਨੋਮੀਨੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਉਸ ਵਕਤ ਬਹੁਤ ਵੱਡਾ ਐਜੀਟੇਸ਼ਨ ਚੱਲਿਆ ਸੀ, ਤੇ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਨਰੇਲਾ ਗੱਡੀ 'ਚੋਂ ਰਲਾ ਕੇ ਗ੍ਰਿਫਤਾਰ ਕਰ ਲਿਆ ਸੀ। ਪਰ ਮਾਸਟਰ ਤਾਰਾ ਸਿੰਘ ਦੀ ਫੋਟੋ ਨੂੰ ਲੈ ਕੇ ਹਜ਼ਾਰਾਂ ਲੱਖਾਂ ਦੇ ਤਾਦਾਦ 'ਚ ਸਿੱਖਾਂ ਨੇ ਦਿੱਲੀ 'ਚ ਮੁਜ਼ਾਹਰਾ ਕੀਤਾ ਸੀ, ਤੇ ਉਸੇ ਵਕਤ ਹੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਵਿਰਧਤਾ ਦਿਖਾਈ ਅਤੇ ਮਾਸਟਰ ਤਾਰਾ ਸਿੰਘ ਨੂੰ ਚਾਹ 'ਤੇ ਬੁਲਾ ਲਿਆ ਜੀ।
ਉਹ ਜਿਹੜੀ ਜਿਸ ਭਾਵਨਾ ਦੇ ਨਾਲ ਉਹ ਗੱਲਬਾਤ ਹੋਈ ਸੀ, ਬਹੁਤ ਲੰਬਾ ਸਮਾਂ ਉਸ ਭਾਵਨਾ ਤੇ ਪਹਿਰਾ ਦਿੱਤਾ ਗਿਆ, ਉਹਦੀ ਵਾਇਲੇਸ਼ਨ ਆ ਕੇ ਹੁਣ ਆ ਕੇ ਹੋਈ ਹੈ। ਜਦੋਂ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣੀ ਗਈ, ਪਟਨਾ ਸਾਹਿਬ ਦੀ ਕਮੇਟੀ, ਦਿੱਲੀ ਕਮੇਟੀ, ਦੂਜੇ ਤੇ ਵਿੰਗੇ ਟੇਡੇ ਢੰਗ ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਐਕਟ ਕਮੇਟੀ ਦੇ ਵਿੱਚ ਜਿਹਨੂੰ ਕਿ ਗਵਰਨਰ ਨੇ, ਰਾਸ਼ਟਰਪਤੀ ਨੇ ਪ੍ਰਵਾਨਗੀ ਨਹੀਂ ਦਿੱਤੀ, ਉਹ ਸੋਧ ਕਰਨ ਦਾ ਹੀ ਆ ਕੀਤਾ ਗਿਆ, ਜਿਹੜਾ ਕਿ ਉਸ ਜਿਹੜੀ ਭਾਵਨਾ ਸੀ ਨਹਿਰੂ ਤਾਰਾ ਸਿੰਘ ਪੈਕਟ ਦੀ, ਉਹਦੀ ਭਾਵਨਾ ਦੀ ਉਲੰਘਣਾ ਸੀ। ਮੈਂ ਸਮਝਦਾ ਵੀ ਹੁਣ ਇਹ ਮੌਕਾ ਆ ਗਿਆ, ਦੇਸ਼ ਦੀ ਸਰਕਾਰ ਜਿਹੜੇ ਅਸੀਂ ਇੱਕ ਆਪਣੇ ਆਪ ਨੂੰ ਅਸੀਂ ਸਮਝਦੇ ਹਾਂ ਵੀ ਇਹ ਸਿੱਖਾਂ ਦੀ ਹਮਦਰਦ ਸਰਕਾਰ ਕਹਿੰਦੀ, ਅਸੀਂ ਵੀ ਸਿੱਖ ਜਿੰਨੀਆਂ ਸਿੱਖ ਭਾਵਨਾਵਾਂ ਨੂੰ ਇਹ ਸਰਕਾਰ ਸਮਝ ਰਹੀ ਹੈ। ਇਹ ਹੁਣੇ ਜੈ ਬੰਸ ਸਿੰਘ ਜੀ ਕਹਿੰਦੇ ਸੀਗੇ ਇੱਕ ਸਿੱਖ ਮਨੋਰਟੀ ਕਮਿਸ਼ਨ ਦਾ ਵੀ ਚੇਅਰਮੈਨ ਹੈ, ਬੜਾ ਵਧੀਆ ਮੌਕਾ। ਮੈਂ ਸਮਝਦਾ ਵੀ ਇਹ ਜਿਹੜੇ ਇਸ਼ੂਜ਼ ਹੈ ਵੰਸ ਐਂਡ ਫਾਰ ਐਵਰ ਸੈਟਲ ਕਰ ਲਏ ਜਾਣ, ਕਿ ਸਿੱਖਾਂ ਪ੍ਰਤੀ ਕੋਈ ਵੀ ਅਧਿਕਾਰਤ ਗੱਲ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਕੋਈ ਵੀ ਕਿਸੇ ਕਿਸਮ ਦੀ ਗੱਲ ਸਿੱਖਾਂ ਦੇ ਮਸਲੇ ਬਾਰੇ ਗੱਲ ਕਰਨੀ ਹੈ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਰਕੇ ਇਹਨਾਂ ਮਸਲਿਆਂ 'ਤੇ ਵੰਸ ਐਂਡ ਫਾਰ ਐਵਰ ਇਹ ਸਾਰੀ ਗੱਲ ਨੂੰ ਮੈਂ ਕਹਿੰਦਾ ਸਮਾਪਤ ਕਰ ਦੇਣਾ ਚਾਹੀਦਾ ਹੈ। ਤੇ ਰਾਜਨੀਤਿਕ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਬਹੁਤ ਵੱਡੇ ਵੱਡੇ ਮੁੱਦੇ ਪਏ ਹੈ, ਇਲੈਕਸ਼ਨ ਲੜਨ ਦੇ ਲਈ ਸਾਡਾ ਕਿਸਾਨੀ ਦਾ ਮਸਲਾ ਹੈ, ਬੇਰੁਜ਼ਗਾਰੀ ਦਾ ਮਸਲਾ ਹੈ, ਨੌਜਵਾਨਾਂ ਦੇ ਪਲਾਨ ਦਾ ਮਸਲਾ ਹੈ, ਨਸ਼ਿਆਂ ਦਾ ਮਸਲਾ ਹੈ। ਆਹ ਲੇਟੈਸਟ ਜਿਹੜੀ ਗੱਲ ਹੈ, ਮੈਂ ਹੈਰਾਨ ਹੁੰਦਾ ਕਿ ਅੱਜ ਅਸੀਂ ਕਿਸ ਵਿਸ਼ੇ ਤੇ ਡਿਬੇਟ ਕਰ ਰਹੇ ਹਾਂ। ਹੁਣੇ ਕੈਬਨਿਟ ਨੇ ਪਾਸ ਕੀਤਾ ਹੈ ਵਨ ਨੇਸ਼ਨ ਵਨ ਇਲੈਕਸ਼ਨ, ਇਹ ਮੁੱਦਾ ਕਿ ਜਿਹਾ ਜਿਹਦੇ ਤੇ ਸਾਰਿਆਂ ਨੂੰ ਆਪ ਹਰ ਸੁਹਿਰਦ ਸੁਚੇਤ ਸ਼ਹਿਰੀ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਰਾਏ ਦੇਣੀ ਚਾਹੀਦੀ ਹੈ। 1957 ਤੱਕ ਇਹ ਇਲੈਕਸ਼ਨਾਂ 67 ਤੱਕ ਹੁੰਦੀਆਂ ਰਹੀਆਂ ਤੇ ਆਪਾਂ ਹੁਣ ਜੇ ਉਹ ਖਰਚੇ ਘਟਾਉਣੇ ਆ ਦੂਜੇ ਕਰਨੇ ਤੇ ਡਿਬੇਟ ਤਾਂ ਕਰੀਏ, ਕਿੱਡਾ ਵੱਡਾ ਮੁੱਦਾ ਸਾਡੇ ਕੋਲ ਸੀ ਉਹਦੇ ਤੇ ਡਿਬੇਟ ਹੋਣੀ ਚਾਹੀਦੀ। ਸਮਾਂ ਘੱਟ ਹੈ ਔਰ ਨਾਲ ਹੀ ਗੱਲ ਹੋਰ ਜਿਹੜੀ ਇਹਨਾਂ ਨੇ ਕਹੀ ਹੈ ਕਿ ਕਦੇ ਵੀ ਕੋਈ ਲੀਡਰ ਜੇ ਸਟੇਟਮੈਂਟ ਕਿਸੇ ਵੀ ਘੱਟ ਗਿਣਤੀ ਦੇ ਖਿਲਾਫ ਦਿੰਦਾ ਤਾਂ ਪਾਰਟੀ ਇਹ ਕਹਿ ਕੇ ਪੱਲਾ ਨਹੀਂ ਛੱਡਾ ਸਕਦੀ, ਇਹ ਉਹਦੀ ਇੰਡੀਵਿਜੁਅਲ ਰਾਏ ਹੈ। ਭਾਈ ਜੇ ਇੰਡੀਵਿਜੁਅਲ ਰਾਏ ਤੁਹਾਡੀ ਪਾਰਟੀ ਦੇ ਨਾਲ ਕਿਉਂ ਜੁੜਿਆ ਹੋਇਆ, ਜੇ ਉਹ ਬੋਲ ਰਿਹਾ ਤਾਂ ਤੁਹਾਡੀ ਪਾਰਟੀ ਦਾ ਹੀ ਬਿਸ਼ੰਦਾ। ਜਲਦੀ 10 ਸੈਕਿੰਡ ਹੈ ਸਿਰ, ਮੈਂ 10 ਸੈਕਿੰਡ ਤੋਂ ਵੱਧ ਨਹੀਂ ਦੇ ਸਕਦਾ। ਹਰਪ੍ਰੀਤ ਜੀ, ਮੈਂ ਕਹਿੰਦਾ ਪਿਛਲੇ ਟਾਈਮਾਂ ਦੇ ਵਿੱਚ ਟਰੂਡੋ ਨੇ ਇੱਕ ਸਟੇਟਮੈਂਟ ਦਿੱਤੀ, ਉਹ ਅੱਤਵਾਦੀ ਬਣ ਗਿਆ। ਕਾਰਨ ਕੀ ਕਿ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਸਿੱਖ ਵੱਸਦੇ ਆ, ਜ਼ਿਆਦਾ ਸਿੱਖ ਵਸੋ ਹੈਗੀ ਹੈ। ਜਿਹੜੇ ਨੂੰ ਮੌਕਾ ਮਿਲਦਾ, ਰਾਹੁਲ ਗਾਂਧੀ ਨੇ ਵੀ ਉੱਥੇ ਜਾ ਕੇ ਆਪਣਾ ਪਰੌਂਠਾ ਜਿਹੜਾ ਹੈਗਾ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਇੱਕੋ ਗੱਲ ਕਰਦਾ ਕਿ ਕੈਨੇਡਾ ਦੇ ਵਿੱਚ ਕਿਊਬਿਕ ਸਟੇਟ ਹੈ ਜਿਹੜੀ, ਉਹ ਫ੍ਰੈਂਚ ਸਟੇਟ ਹੈ, ਉਸ ਦੀ ਹਰ ਵਾਰ ਜਿਹੜਾ ਹੈਗਾ ਉਹ ਰਿਫਰੈਂਡਮ ਦਾ ਰੌਲਾ ਪਾਉਂਦੇ ਰਹਿੰਦੇ ਹੈਗੇ ਆ, ਕਦੇ ਕਿਸੇ ਨੇ ਸੁਣਿਆ ਹੈਗਾ? ਅਸੀਂ ਜਾਣ ਕੇ ਜਿਹੜਾ ਹੈਗਾ ਘੱਟ ਗਿਣਤੀਆਂ ਦੇ ਉੱਤੇ ਇੱਕ ਐਲੀਗੇਸ਼ਨ ਲਾਉਣ ਵਾਸਤੇ, ਉਹਨਾਂ ਦੇ ਸਿਰ ਦੇ ਉੱਤੇ ਚੀਜ਼ਾਂ ਮੜਨ ਵਾਸਤੇ ਇਹ ਸਾਰੀਆਂ ਗੱਲਾਂ ਕਰਦੇ ਹੈਗੇ। ਚਲੋ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦੇ ਇਸ ਪੂਰੀ ਵਿਚਾਰ ਚਰਚਾ 'ਚ ਜੁੜੇ ਰਹਿਣ ਦੇ ਲਈ। ਸੋ ਮੁੱਖ ਦੀ ਗੱਲ ਇਹ ਹੈ ਕਿ ਨਿਸ਼ਾਨਾ ਘੱਟ ਗਿਣਤੀਆਂ ਨੇ ਅਤੇ ਪੋਲੀਟਿਕਸ ਜ਼ਰੂਰ ਹੋ ਰਹੀ ਹੈ, ਪੋਲੀਟਿਕਸ ਉਹਨਾਂ ਸੁਹਿਰਦ ਮੁੱਦਿਆਂ ਦੀ ਹੋਣੀ ਚਾਹੀਦੀ ਹੈ ਜਿਹੜੇ ਹਰ ਇੱਕ ਦੇ ਨਾਲ ਜੁੜੇ ਹੋਣ। ਇਹਨਾਂ ਮੁੱਦਿਆਂ 'ਤੇ ਜੋ ਵੀ ਸਟੇਟਮੈਂਟ ਦਿੱਤੀ ਜਾਂਦੀ ਹੈ ਔਰ ਉਸ ਸਟੇਟਮੈਂਟ ਦੇ ਪਿੱਛੇ ਦੀ ਭਾਵਨਾ ਸਮਝਣੀ ਹਰ ਆਮ ਖਾਸ ਲਈ ਬਹੁਤ ਜ਼ਰੂਰੀ ਹੈ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।